ਭਾਈ ਰਣਜੀਤ ਸਿੰਘ ਅਤੇ ਬਾਕੀ ਬਹੁਮਲ ਸਿੰਘ ਅਤੇ ਭਾਈ ਸਾਰੇ ਇਹ ਸਾਰੇ ਵਿੱਚ ਇਕੱਠੇ ਕਰਦੇ ਮੈਂ ਇਹ ਚੀਜ਼ ਕਹਿੰਦੀ ਹੁੰਦੀ ਸੀ ਉਹਨਾਂ ਸਿੰਘਾਂ ਵੀ ਇਕੱਠਾ ਕਰ ਤੁਸੀਂ ਬਹੁਤ ਬਹੁਤ ਹੀ ਵਧੀਆ ਜਿੰਨੇ ਥੋੜ੍ਹੇ ਸਮੇਂ 'ਚ ਤੁਸੀਂ ਮੈਕਸੀਮਮ ਚੀਜ਼ਾਂ ਦਿਖਾਤੀਆਂ ਨਾ ਜਿਸ ਤਰ੍ਹਾਂ ਦੀ ਮੈਂ ਬਣਾਉਣਾ ਚਾਹੁੰਦੀ ਸੀ ਮੈਂ ਪਿਛੋਕੜ ਵੀ ਦੱਸਣਾ ਚਾਹੁੰਦੀ ਸੀ ਪਿਛੋਕੜ ਵੀ ਤੁਸੀਂ ਬਹੁਤ ਕੁਝ ਦਿਖਾ ਦਿੱਤਾ ਜਿਹਨੂੰ ਮਤਲਬ ਇਹ ਮੇਰਾ ਬੇਟਾ ਇਹਦੀ ਚਾਹਵਾ ਸੀ ਸਿੱਖ ਧਰਮ ਦੀ ਬੁਨਿਆਦ ਸਤ ਸੰਤੋਖ ਦਇਆ ਖਿਮਾ ਗਰੀਬੀ ਅਤੇ ਆਪਣਾ ਆਪ ਨਿਉਛਾਵਰ ਕਰਨ ਤੇ ਟਿਕੀ ਹੈ। ਸਿੱਖੀ ਗੁਰਮਤ ਗਿਆਨ ਹੈ ਤੇ ਉਸ ਨੂੰ ਪ੍ਰਾਪਤ ਕਰਨ ਵਾਲਾ ਗੁਰੂ ਕਾ ਸਿੱਖ ਹੈ। ਸਿੱਖ ਧਰਮ ਅੰਦਰ ਗਿਆਨਵਾਨ ਮਾਇਆ ਦੇ ਬੰਧਨਾਂ ਤੋਂ ਮੁਕਤ ਅਤੇ ਧਰਮ ਪ੍ਰਤੀ ਫਰਜ਼ਾਂ ਨੂੰ ਸਿਖਰ ਤੱਕ ਸ਼ਹਾਦਤ ਦੇ ਕੇ ਨਿਭਾਉਣ ਵਾਲੇ ਮਹਾਂਪੁਰਖ ਸਮੇਂ ਸਮੇਂ ਪ੍ਰਗਟ ਹੁੰਦੇ ਰਹੇ ਹਨ। ਅਕਾਲ ਪੁਰਖ ਤੋਂ ਵਰਸਾਏ ਹੋਏ ਮਹਾਂਪੁਰਖਾਂ ਨੇ ਗੁਰੂ ਕੇ ਭਾਣੇ ਵਿੱਚ ਰਹਿ ਕੇ ਸਿੱਖੀ ਦੀ ਸੇਵਾ ਕੀਤੀ। ਇਹਨਾਂ ਗੁਰੂ ਕੇ ਪਿਆਰੇ ਮਹਾਂਪੁਰਖਾਂ ਦੀ ਕਤਾਰ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਜਿਨ੍ਹਾਂ ਦਾ ਗੁਰੂ ਦੀ ਮਿਹਰ ਸਦਕਾ ਸਾਰਾ ਜੀਵਨ ਪੰਥ ਕੌਮ ਅਤੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਲੇਖੇ ਵਿੱਚ ਲੱਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਰਤਨ ਵਜੋਂ ਸਨਮਾਨਿਤ ਹੋਏ। ਭਾਈ ਸਾਹਿਬ ਜੀ ਸੰਤ ਸਿਪਾਹੀ ਬਣ ਕੇ ਸਿੱਖੀ ਦੇ ਚਾਨਣ ਮੁਨਾਰੇ ਬਣੇ। ਪੰਥ ਦੇ ਹਰ ਮਸਲੇ ਵਿੱਚ ਭਾਈ ਸਾਹਿਬ ਜੀ ਨੂੰ ਸ਼ਾਮਿਲ ਕੀਤਾ ਜਾਂਦਾ। ਭਾਈ ਸਾਹਿਬ ਜੀ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਗੁਰਦੁਆਰਿਆਂ ਗੁਰੂ ਧਾਮਾਂ ਦੀ ਪਵਿੱਤਰਤਾ ਉੱਚਤਾ ਅਤੇ ਸੁੱਚਤਾ ਲਈ ਸਦਾ ਤਤਪਰ ਰਹਿੰਦੇ। ਭਾਈ ਸਾਹਿਬ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਹੀ ਗੁਰੂ ਪਿਆਰਿਆਂ ਨੇ ਆਪਣੇ ਆਪ ਨੂੰ ਗੁਰਸਿੱਖੀ ਰਹਿਤ ਬਹਿਤ ਵਿੱਚ ਢਾਲਿਆ ਅਤੇ ਭਾਈ ਸਾਹਿਬ ਵਾਂਗ ਸਿੱਖੀ ਕਮਾਈ ਅਤੇ ਪੰਥ ਕੌਮ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ। ਭਾਈ ਸਾਹਿਬ ਜੀ ਦੇ ਸਮਕਾਲੀ ਹੋਰ ਗੁਰੂ ਪਿਆਰੇ ਅਤੇ ਮਹਾਂਪੁਰਖ ਸਿੱਖੀ ਦੀ ਚੜ੍ਹਦੀ ਕਲਾ ਲਈ ਸੇਵਾ ਵਿੱਚ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਵਿਸਾਖਾ ਸਿੰਘ ਜੀ, ਸੰਤ ਬਾਬਾ ਗੁਰਬਚਨ ਸਿੰਘ ਜੀ ਟਕਸਾਲ ਪਿੰਡਰਾਂ ਵਾਲੇ, ਭਾਈ ਸਾਹਿਬ ਜੀ ਦੇ ਪੂਰਬਲੇ ਸੰਜੋਗੀ ਬਾਊ ਮੱਲ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਡਾਕਟਰ ਸੁਰਿੰਦਰ ਸਿੰਘ ਜੀ, ਭਾਈ ਸੂਰਤ ਸਿੰਘ ਜੀ ਪੂਰਨ ਜੀ, ਭਾਈ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ, ਭਾਈ ਸਾਹਿਬ ਜੀ ਦੇ ਨਿਕਟ ਕੀਰਤਨ ਕਰਨ ਵਾਲੇ ਭਾਈ ਮੇਹਰ ਸਿੰਘ ਜੀ, ਬੀਰਾ ਜੀ, ਬੇਬੀ ਭੁਪਿੰਦਰ ਕੌਰ ਜੀ, ਬੇਬੀ ਹਰਬੰਸ ਕੌਰ ਜੀ ਦੇਹਰਾਦੂਨ, ਬੇਬੀ ਹਰਸ਼ਰਨ ਕੌਰ ਜੀ ਅਤੇ ਹੋਰ ਅਨੇਕ ਸਿੰਘ ਸਿੰਘਣੀਆਂ ਨੇ ਸਿੱਖੀ ਦੀ ਸੇਵਾ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਭਾਈ ਸਾਹਿਬ ਜੀ ਨੇ ਕੀਰਤਨ ਨਾਮ ਬਾਣੀ ਨੂੰ ਨਿਸ਼ਕਾਮ ਸੇਵਾ ਦੇ ਰੂਪ ਸੰਗਤਾਂ ਵਿੱਚ ਥਾਂ ਥਾਂ ਵਿਚਰ ਕੇ ਬੇਅੰਤ ਸਿੱਖਾਂ ਅੰਦਰ ਗੁਰਸਿੱਖੀ ਦੀ ਜਾਗ ਲਾਈ। ਅੱਜ ਦੇ ਯੁੱਗ ਵਿੱਚ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਬੇਅੰਤ ਗੁਰੂ ਕੇ ਪਿਆਰੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਸਿਧਾਂਤਾਂ ਤੇ ਪਹਿਰਾ ਦੇ ਰਹੇ ਹਨ। ਗੁਰਸਿੱਖੀ ਦੀ ਇਸੇ ਫੁਲਵਾੜੀ ਵਿੱਚੋਂ ਇੱਕ ਫੁੱਲ ਐਸਾ ਪ੍ਰਗਟ ਹੋਇਆ
जिस ते गुरु ने खास कृपा करके उसनु ऐसी गुड़ती दिती कि सब कुछ उस दा दिता होया है अते उस दी आन शान वास्ते सब कुछ वार देना है। ऐसी मरनी जो मरै बहर न मरना होए, बचना ते पैरा देंदे होए अपना आप कुर्बान करके सिक्खी दे स्वर्ण मंडल विच ध्रुव तारे वांग चमके। ओ सन भाई साहब भाई फौजा सिंह जी। 13 अप्रैल सन 1978 अमृतसर साहिब सिफती दा घर श्री दरबार साहिब। विसाखी खालसे दा जन्म दिहाड़ा। एक अजेही मंदभागी घटना वापरी जिस नाल सिख कौम दे हिरदे वलूंदरे गए। इस घटना दे विरोध विच भाई फौजा सिंह जी ने अहम किरदार अदा कीता। भाई फौजा सिंह जी दा जन्म रावी पार कुलिया पिंड विच पिता सुरैन सिंह दे घर माता करतार कौर दी पवित्र कुखों 17 मई 1936 नूं होया। कुछ चिर बाद उन्हां दा परिवार डेरा बाबा नानक सड़क ते स्थित पिंड गजनीपुर जिला गुरदासपुर आण वसिया, जिथे भाई साहब दा बचपन बीतिया ते पढ़ाई शुरू हुई। भाई फौजा सिंह जी 4 भरा ते 2 भैणां सन। नाम बाणी ते सच्चाई विच मजबूत इरादा रखण वाले भाई साहब शरीरिक पक्ष तों भी मजबूत सोहणे सिक्खी सरूप वाले सन। उन्हां दे नूरानी चेहरे दा तेज प्रताप डील डौल उन्हां दी शख्सियत दा चलकारा पेश करदा सी। वड्डे भाई विरसा सिंह अनुसार भाई फौजा सिंह जी बचपन तों ही निरपक्ष बेखौफ ते दलेर सन। ते बचपन दे 8वीं तक पढ़े रहे भाई साहब दे इत्थे जौड़े, ते उदों आउणा पढ़ के मुंडे इकट्ठे कर लैने, 2 पार्टियां बना लैनियां, ते पहले कौड़ी खेलनी ते फिर आखना भी चलो हूरे मारो एक दूजे दे, ते जिहड़ी दूजी पार्टी जिधर फौजा सिंह नहीं उहना दूसरे नूं भजा देना, ते उहना आखना फौजा सिंह तुहाडे नाल आना साडे वल करो असीं तुहानूं भजा देंगे। छोटे हुंदियां तों ही उन्हां च मुकाबला करन दी रुचि बनदी गई ते हर मुकाबला जितण दी भावना भी। ਉਹ ਅਕਸਰ ਆਪਣੇ ਸਾਥੀ ਬੱਚਿਆਂ ਨਾਲ ਕੁਸ਼ਤੀ ਲੜਦੇ, ਗੱਤਕਾ ਖੇਡਦੇ ਤੇ ਆਪਣੀ ਵੱਖਰੀ ਛਾਪ ਛੱਡਦੇ, ਤੇ ਉਹੀ ਜ਼ੋਰ ਅਜ਼ਮਾਇਸ਼ ਉਹ ਘਰ ਵਿੱਚ ਵੀ ਕਰਦੇ। ਘਰ ਆਉਣਾ ਤੇ ਆਖਣਾ ਮੈਨੂੰ ਸਾਰਾ ਪਰਿਵਾਰ ਹੀ ਪੈ ਜਾਓ ਤੇ ਸਾਰਿਆਂ ਸੁੱਟੇ ਸਾਡੇ ਫੜ ਲੈਣੇ ਨੇ ਤੇ ਆਖਣਾ ਮਾਰੋ ਤੁਸੀਂ ਮੇਰੇ ਜਿੱਥੇ ਵੱਜਦੀ ਆ, ਤੇ ਜਦੋਂ ਅਸੀਂ ਮਾਰ ਲੱਗਣਾ ਤੇ ਉਹਦੇ ਤੇ ਆਉਣ ਕਰ ਕਰਨਾ ਆਪਣੇ ਖੇਡਣਾ ਗੱਤਕਾ ਅਸੀਂ ਸਾਰੇ ਪਿੱਛੇ ਹਟ ਜਾਣਾ, ਆਉਂਦਾ ਤੂੰ ਮਾਰ ਦੇ ਕਿਵੇਂ ਨਹੀਂ ਹਨਾ ਇੱਕ ਇੱਕ ਸਾਰਿਆਂ ਦੇ ਛੱਡੀ 10 ਜਣਿਆਂ ਦੇ ਵੀ ਇਹਨਾਂ ਨੂੰ ਗੁੱਸਾ ਜਿਹੜੇ ਮਾਰਦੇ ਵੀ ਸਾਡੇ, ਅਤੇ ਜਦੋਂ ਮਾਰੇ ਤਾਂ ਪਏ ਅਤੇ ਉਹ ਸਾਡੇ ਕੋਲ ਮਾਰ ਆਉਣਾ ਕਿੱਥੇ ਕਰ ਰਹੀ ਹੈ, ਅਤੇ ਆਖਣਾ ਮੈਨੂੰ ਤਾਂ ਸਾਰਾ ਪਿੰਡ ਪੈ ਜਾਏਗਾ ਨਾ ਅਤੇ ਮੈਂ ਤਾਂ ਵੀ ਨਹੀਂ ਮਾਰਨਾ। ਭਾਈ ਫੌਜਾ ਸਿੰਘ ਜੀ ਸੱਚਮੁੱਚ ਬਹਾਦਰ ਦਲੇਰ ਅਤੇ ਨਿਧੜਕ ਸਨ ਅਤੇ ਉਹਨਾਂ ਦਾ ਸਕੂਲ ਅਤੇ ਕਾਲਜ ਦਾ ਸਮਾਂ ਵੀ ਨਿਰਾਲਾ ਸੀ। ਉਹਨਾਂ ਵਿੱਚ ਇੱਕ ਲੀਡਰ ਵਾਲੇ ਗੁਣ ਸਨ, ਲੀਡਰਸ਼ਿਪ ਹੋਣ ਦੇ ਗੁਣਾਂ ਕਰਕੇ ਹੀ ਉਹਨਾਂ ਨੂੰ ਕਲਾਸ ਦੇ ਮੋਨੀਟਰ ਬਣਾਇਆ ਗਿਆ ਸੀ। ਸਾਰੇ ਬੱਚੇ ਉਹਨਾਂ ਤੋਂ ਤਰਾਸ ਤਰਾਸ ਡਰਦੇ ਹੁੰਦੇ ਸਨ। ਕੋਟ ਪਾਇਆ ਹੁੰਦਾ ਸੀ ਉਹਨਾਂ ਨੇ ਨੀਲੇ ਰੰਗ ਦਾ, ਉਹ ਜਿਹੜਾ ਉੱਥੋਂ ਬੈਲਟ ਬੰਦ ਹੁੰਦੀ ਹੈ, ਅਤੇ ਔਰ ਬਹੁਤ ਸੋਹਣੇ ਲੱਗਦੇ ਸੀ ਇਹ ਦੇਖਣ 'ਚ ਹੀ। ਉਹਨਾਂ ਦੇ ਕਾਲਜ ਵਾਲੇ ਵੀ, ਉਹਨਾਂ ਦੇ ਪ੍ਰੋਫੈਸਰ ਆਰਾ ਵਗੈਰਾ ਸਾਰੇ ਬੜਾ ਪਿਆਰ ਕਰਦੇ ਸੀ, ਬੱਚੇ ਵੀ ਬੜੇ ਪਿਆਰ ਕਰਦੇ ਸੀ ਉਹਨਾਂ ਨਾਲ, ਉਹਨਾਂ ਦਾ ਸਤਿਕਾਰ ਕਰਦੇ ਸੀ ਵੀ ਇਹ ਗੁਰਸਿੱਖ ਆ, ਗੁਰਸਿੱਖ ਹੋਣ ਦੇ ਬੜੀ ਲਾਇਕ ਵੀ ਬਹੁਤ ਸੀਗੇ। ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਥਾਹ ਵਿਸ਼ਵਾਸ ਰੱਖਦੇ ਤੇ ਹੋਰਨਾਂ ਵਿੱਚ ਵੀ ਅਕਾਲ ਪੁਰਖ ਪ੍ਰਤੀ ਸ਼ਰਧਾ ਪੈਦਾ ਕਰਨ ਅਤੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਲਈ
अंध विश्वास नू खत्म करन दे यतन कर दे रहीं दे, जिस दिया अनेका मिसाला मिल दिया ने। उते भी माला पेंडा है, उते भी एक खूब आदन में बड़ा ड्रामा है, ये मंजी उते ला जा, पार करके 12 बजे तक, ते ओ जड़ा खूब ही ना, वो तो खूब चल दे ही, खूब दे भी ते लता लमका आगे ते बैठ जा, ते अंदा भी दस जड़ी तू बड़ी शान है, ऐवें खूब जे लता लमका खिच के बेच सुट। वो खुद प्रतख अपने ते टाल के लोगों नू दिखा देंदे कि सिक्खी विच भूत प्रेत वहमा भरमां लई कोई थां नहीं। एक बार भाई साहब इन्हां दे तेल कढ़ा के लिया पीपा, तो माता कहन लगी तू नेरे तेल लिया कढ़ा के, तो कंटे बालियां चीज़ां बाहर जिहड़ियां होंदियां मगर लग जांदियां ने। कहिंदा अच्छा माता इह गल उह वी आया है। कहिंदा माता पा तेल है बोतल च, इह अंदर की करना। कहिंदा मैं मलना मुलना है, तो तेल लै के तो कबरां च चल गया, तो सारी रात उत्थे कबरां च बैठा रहा। तेल लै के आया सवेरे, तो कहना माता मैनू तो कुछ भी नहीं लगा उ, मैं तेल लैके सारी रात उत्थे बैठा रहा। दरअसल उन्हां दा गुरबाणी विच विश्वास उन्हां दे जीवन विच दिन ब दिन बदला लिया रहा सी, अते ओ दुनियावी मोह माया दा त्याग कर दे संतां महापुरखां ते फकीरां वाले जीवन दे धारनी होना लोचदे सन। माता जी ने कहते माता जी मैं साथ हो चलिया, तो मेरा मूँह वेख ला तू। तो माता जी कहती वेखा कि गल कर, मैं नहीं तेरा मूँह वेखना जो तू इदा दल कर। सू हौली हौली पता लगा वो तो कितने बटाले सू दसिया कि भाई साहब उन्होंने गए उस वे गए, तो अगे ना चौंपड़ी मारी जी बैठी जी सत्संग होन डे उन्होंने का, ये भी बह रहे जाके बह रहे जो भोग पा पिया, तो फिर इन्होंने पूछा तो तू इत कि ये तो रोई जा उ रोई जाना। कहता नहीं कोई गल नहीं, मेरा इतने मन लगा तो लगा रहन दे, तुम क्यों फिक्र कर दो, ये आए घर से माता से गल ला के रोई जाए, साडा भरा साध हो गया। माता जी चल कोई नहीं साध ही होया ना, कोई होर कोई लामे वाली गल तो नहीं, बदमाश तो नहीं होया, साध ही होया, कोई गल नहीं। उच्च विद्या प्राप्त करने लई भाई साहब ने खालसा कॉलेज अमृतसर विखे BSc एग्रीकल्चर विच दाखला लिया, अते इसे दौरान उन्हां दा मेल अखंड कीर्तनी जथे दे सेवादार गुरु प्यारे भाई बख्तावर सिंह नाल होया, ते इत्थे ही भाई साहब दा मेल बीबी अमरजीत कौर जी नाल होया, जिन्हां नाल बाद विच भाई साहब दे आनंद कारज गुरु मर्यादा अनुसार होए। ਪਾਪਾ ਜੀ ਨਾਲ ਉਹਨਾਂ ਦਾ ਮਿਲਾਪ ਹੋਇਆ, ਮੇਰੇ ਵੀਰ ਨਾਲ ਬੜਾ ਮਤਲਬ ਬਹੁਤ ਹੀ ਜ਼ਿਆਦਾ ਪਿਆਰ ਨਾਲ ਉਹ ਮਿਲੇ। ਰੋਜ਼ ਘਰ ਹੁੰਦੇ ਸੀ, ਪ੍ਰਸ਼ਾਦਾ ਛੱਕ ਕੇ ਫਿਰ ਉਹਨੂੰ ਸਿਮਰਨ ਹੀ ਕਰਦੇ ਰਹਿਣਾ। ਭਾਈ ਅਮਰਜੀਤ ਵੀ ਸਾਡੇ ਘਰ ਆਉਂਦੇ ਸੀ, ਉਹਨਾਂ ਤੋਂ ਪਹਿਲਾਂ ਆਉਂਦੇ ਸੀ। 2 ਕੁ ਸਾਲ ਇਸ ਤਰ੍ਹਾਂ ਮਤਲਬ ਆਉਂਦੇ ਜਾਂਦੇ ਰਹੇ ਆ। ਜਿਹੜੀ ਬੀਬੀ ਅਮਰਜੀਤ ਕੌਰ ਸੀ ਉਹਦੇ ਵੀ ਘਰ ਦੇ ਅੰਮ੍ਰਿਤ ਦੇ ਬਹੁਤ ਬਰਖਲਾਫ ਸੀਗੇ। ਉਹਨਾਂ ਦਾ ਕੜਾ ਕਿਰਪਾਨ ਟੰਗਾ ਉਹਨਾਂ ਨੇ ਖੂਹ 'ਚ ਸੁੱਟ ਦਿੱਤਾ। ਇਹ ਫਿਰ ਫੌਜਾ ਸਿੰਘ ਨੇ ਖੂਹ ਦੇ ਵਿੱਚ ਵੜ ਕੇ ਉਹਦਾ ਕੰਘਾ ਕਿਰਪਾਨ ਸਾਰਾ ਜਿਹੜਾ ਸੀਗਾ ਉਹ ਕੱਢ ਕੇ ਅਤੇ ਕੜਾ ਲਿਆਂਦਾ ਅਤੇ ਉਹਨਾਂ ਦਿੱਤਾ। ਉਹਦੇ ਤੋਂ ਫਿਰ ਹੋਰ ਸਤਿਕਾਰ ਹੁੰਦਾ 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 ਮਤਲਬ ਵਿਆਹ ਤੱਕ ਗੱਲ ਆ ਗਈ। 1965 ਵਿੱਚ ਆਨੰਦ ਕਾਰਜ ਹੋਇਆ, ਫਿਰ ਮੈਂ ਟੀਚ ਕਰਦੀ ਸੀ ਅਤੇ ਮੇਰਾ ਰੰਗ ਬਹੁਤ ਕਾਲਾ ਸੀ ਅਤੇ ਮੁੜ ਕੇ ਉਹ ਕਹਿਣ ਲੱਗੇ ਵੀ ਇਹਨੂੰ ਸਾਡੀ ਕੁੜੀ ਨੂੰ ਪਸੰਦ ਕਿੰਝ ਕਰੇਗਾ। ਫੌਜਾ ਸਿੰਘ ਨੇ ਇੰਝ ਕਿਹਾ ਆਨੰਦ ਕਾਰਜ ਨੂੰ ਇਹ ਵਿਆਹ ਨੂੰ ਕੋਈ ਡੱਕ ਨਹੀਂ ਸਕਦਾ, ਇਹ ਤੁਹਾਨੂੰ ਲਿਖਿਆ ਹੈ। ਫੌਜਾ ਸਿੰਘ ਹੋਰਾਂ ਨੇ ਉਹਨੂੰ ਕਿਹਨਾਂ ਦਾ ਸਾਰਾ ਉਧਾਰ ਚੁੱਕ ਕੇ ਅਤੇ ਵਿਆਹ ਕੀਤਾ ਹੋਇਆ ਸੀ। ਸੈਕਿੰਡਲੀ ਮੈਂ ਤੁਸੀਂ ਮੰਨਿਆ ਨਾ ਮੈਨੂੰ ਜਿੰਨਾ ਉਹਨਾਂ 10-15 ਤੋਲੇ ਗਹਿਣਾ ਪਾਇਆ ਨਾ, ਮੈਂ ਉਹਨੂੰ ਜਾਂਦੇ ਵੇਚ ਕੇ ਪਹਿਲਾਂ ਉਹਨਾਂ ਦਾ ਉਧਾਰ ਲਾਇਆ। ਨੌਕਰੀ ਵੀ ਉਹ ਇਮਾਨਦਾਰੀ ਨਾਲ ਕਰਦੇ, ਨਾ ਰਿਸ਼ਵਤ ਲੈਂਦੇ ਅਤੇ ਨਾ ਲੈਣ ਦਿੰਦੇ। ਇਸੇ ਕਰਕੇ ਉਹ ਅਫਸਰਾਂ ਦੀਆਂ ਅੱਖਾਂ 'ਚ ਰੜਕਦੇ ਰਹਿੰਦੇ ਅਤੇ ਬਦਲੀ ਵੀ ਛੇਤੀ ਹੀ ਕਰ ਦਿੱਤੀ ਜਾਂਦੀ। ਇਸੇ ਕਰਕੇ ਭਾਈ ਸਾਹਿਬ ਨੇ ਆਪਣੀ ਦੁਨਿਆਵੀ ਨੌਕਰੀ ਛੱਡ ਦਿੱਤੀ ਪਰ ਗ੍ਰਹਸਤੀ ਜੀਵਨ ਚਲਾਉਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਪੈਣਾ ਸੀ। ਇਸ ਲਈ ਗੁਰੂ ਦਾ ਓਟ ਆਸਰਾ ਲਿਆ। ਸਾਡਾ ਇਹ ਸਿਲਸਿਲਾ ਸੀ ਵੀ ਅਸੀਂ ਹੁਕਮਨਾਮਾ ਲੈਣਾ, ਮੇਰੀ ਫੇਵਰ 'ਚ ਆ ਜਾਏ ਚਾਹੇ ਉਹਨਾਂ ਦੀ ਫੇਵਰ 'ਚ ਆ ਜਾਏ। ਚਲੋ ਜੀ, ਉੱਥੇ ਪੈਣ ਦੀ ਲੜਾਈ ਚੱਲਦੀ ਸੀ, ਇੱਕ ਸਾਡੇ ਹੋ ਗਿਆ ਸੀ ਨਾ ਬਰਾੜ, ਉਹਨਾਂ ਦੇ ਉੱਥੇ ਬਾਰਡਰ 'ਤੇ ਮਕਾਨ ਸੀ, ਅਸੀਂ ਉੱਥੇ ਗਏ ਉਹਨਾਂ ਨੂੰ ਮਿਲਣ ਵਾਸਤੇ ਗਏ। ਉੱਥੇ ਮਹਾਰਾਜ ਦਾ ਪ੍ਰਕਾਸ਼ ਸੀ, ਫੌਜਾ ਸਿੰਘ ਉਹ ਥੱਲੇ ਬੈਠੇ ਨੇ, ਮੈਂ ਉੱਪਰ ਤਾਬੇ ਬੈਠੀ ਹਾਂ ਅਤੇ ਮੈਨੂੰ ਕਹੀ ਜਾਂਦੇ ਇੱਥੋਂ ਹੁਕਮਨਾਮਾ ਪੜ੍ਹ।
ਜਿਹੜਾ ਉਹਨਾਂ ਦੇ ਅਗੇਂਸਟ ਜਾਂਦਾ ਸੀ। ਮਹਾਰਾਜ ਨੂੰ ਦੱਸਣਾ ਜੋ ਸੀ, ਮੈਨੂੰ ਉਹ ਥੱਲੇ ਬੈਠੇ ਕਹੀਏ ਮੈਂ ਅੱਧੇ ਹੁਕਮਨਾਮਾ ਪੜ੍ਹ, ਮੈਂ ਉਹ ਪੜ੍ਹਿਆ ਉਸ ਹੁਕਮਨਾਮਾ ਸੀ ਰਾਮਦਾਸ ਸਰੋਵਰ ਨਾਤੇ ਸਭ ਉੱਤੇ ਪਾਪ ਘਵਾਤੇ। ਮੈਂ ਕਿਹਾ ਹੁਣ ਦੱਸੋ ਕੀ ਫੈਸਲਾ। ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਨੌਕਰੀ ਤਾਂ ਟੁੱਟ ਗਈ ਹੈ, ਤੁਸੀਂ ਕਹਿੰਦੇ ਇੱਥੇ ਟਿਊਸ਼ਨਾਂ ਪੜ੍ਹਾ ਲਵਾਂਗਾ, ਅਤੇ ਟਿਊਸ਼ਨਾਂ ਪੜ੍ਹਾ ਕੇ ਕੀ ਮੈਂ ਆਪਣੀ ਸਰਵਿਸ 'ਤੇ ਜੁਆਇਨ ਕਰਾਂ। ਫਿਰ ਚਲੋ ਅੰਮ੍ਰਿਤਸਰ ਆ ਕੇ ਸਰਵਿਸ ਜੁਆਇਨ ਕੀਤੀ। ਬੰਦੇ ਸਿੰਘ ਜਿਹੜੇ ਜੱਥੇ ਦੇ ਨਾ ਬਹੁਤ ਐਗਰੀਕਲਚਰ ਵੱਡੇ ਵੱਡੇ ਲੱਗੇ ਸੀ। ਮੁੜ ਕੇ ਫਿਰ ਮੈਂ ਉੱਥੇ ਚੰਡੀਗੜ੍ਹ ਗਈ, ਉਹਨਾਂ ਕੋਲ ਜਾ ਕੇ ਅਤੇ ਫਿਰ ਇਹਨਾਂ ਨੂੰ ਮੁੜ ਕੇ ਰੀਇੰਸਲੇਟ ਕਰਾਇਆ, ਮੁੜ ਕੇ ਸਰਵਿਸ ਲਾ ਕੇ ਫਿਰ ਪ੍ਰੋਪਰ ਅੰਮ੍ਰਿਤਸਰ 'ਚ ਸਰਵਿਸ ਹੋ ਗਈ ਇਹਨਾਂ ਦੀ, ਫਿਰ ਦੁਬਾਰਾ ਸਰਵਿਸ ਕਰਨ ਲੱਗ ਗਿਆ। ਨਾਮ ਦੀ ਰੰਗਤ ਵਿੱਚ ਰੰਗੇ ਬੇਪਰਵਾਹ ਭਾਈ ਸਾਹਿਬ ਦੀ ਸ਼ਖਸੀਅਤ ਦਾ ਜ਼ਿਕਰ ਕਰੀਏ, ਜਿੱਥੇ ਉਹਨਾਂ ਦੀ ਸ਼ਖਸੀਅਤ ਦਾ ਚਲਕਾਰਾ ਪੇਸ਼ ਕਰਦਾ, ਉੱਥੇ ਉਹਨਾਂ ਵੱਲੋਂ ਗੁਰੂ ਘਰਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਵੀ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਸੀ। ਕਦੇ ਮੇਰੇ ਕੋਲ ਕੁਛ ਹੋਵੇ ਨਾ ਹੋਵੇ, ਇਹ ਸਭ ਕੁਛ ਪੰਥ ਦਾ। ਜੇ ਤੁਸੀਂ ਕੋਈ ਵੇਖ ਲਿਆ ਗਰੀਬੀ ਵੀ ਵੇਖ ਲਈ, ਉਹਨੂੰ ਜੇਬ 'ਚੋਂ ਪੈਸੇ ਕੱਢ ਕੇ ਦੇ ਦੇਣੇ। ਜੇ ਕੋਈ ਮੁੰਡਾ ਤੁਰਿਆ ਜਾਂਦਾ ਉਹਦੇ ਕੋਲ ਜੁੱਤੀ ਨਹੀਂ ਹੈਗੀ, ਉਹਨੂੰ ਆਪਣੀ ਜੁੱਤੀ ਲਾ ਕੇ ਦੇ ਦੇਣੀ, ਕਈ ਵਾਰੀ ਕੱਪੜੇ ਵੀ ਲਾ ਕੇ ਦੇ ਜਾਣੇ। ਅਤੇ ਮੈਨੂੰ ਹੁੰਦਾ ਸੀ ਵੀ ਘਰ ਵਾਪਸ ਆ ਜਾ, ਇਹ ਕੇਸ ਕੀ ਕਿਸੇ ਕੇਸ ਕੀ ਤਲਤ ਨਹੀਂ ਨਾ ਕਿਸੇ ਦਾ ਦੱਤਣਾ, ਇਹ ਦੋਵੇਂ ਚੀਜ਼ਾਂ ਦਾ ਜੇ ਘਰ ਵਾਪਸ ਆ ਜਾ। ਅਤੇ ਕਦੀ ਕੱਪੜਾ ਨਵਾਂ ਲੈ ਕੇ ਨਹੀਂ ਸਵਾਇਆ ਸੀ ਵੀ, ਕਹਿੰਦੇ ਨਾ ਮੈਂ ਇੱਕ ਪੈਸਾ ਆਪਣੇ 'ਤੇ ਨਹੀਂ ਇੱਦਾਂ ਉਜਾੜਨਾ। ਵੀ ਮੈਨੂੰ ਵੀ ਕਹਿੰਦੇ ਸੀ ਮੇਰੀ ਸਹੁੰ 'ਚ ਪੈਸੇ ਕੱਢਦੇ ਸਾਰੇ, ਫੌਜਾ ਸਿੰਘ ਨੇ ਤਾਂ ਆਪਣੀ ਤਨਖਾਹ ਦੇ ਆਉਣੀ ਹੈ। ਜਦੋਂ ਬੰਦਾ ਪਹਿਲੀ ਵਾਰੀ ਉਹਨੂੰ ਮਿਲ ਉਹਨੂੰ ਮਿਲ ਲੈਂਦਾ ਸੀ, ਅਤੇ ਉਹ ਦਿਲ ਕਰਦਾ ਸੀ ਕਿ ਆਪਾਂ ਇਹਨਾਂ ਦੇ ਨਾਲ ਹੀ ਰਹੀਏ, ਹੁਣ ਆਪਾਂ ਇਹਨਾਂ ਵਰਗਾ ਹੀ ਜੀਵਨ ਬਣਾ ਲਈਏ। ਉਹਨਾਂ ਦੀ ਫੇਸ ਦਾ, ਉਹਨਾਂ ਦੀ ਦ੍ਰਿਸ਼ਟੀ ਦਾ ਹੀ ਇੰਨਾ ਪ੍ਰਭਾਵ ਇਨਸਾਨ 'ਤੇ ਪੈ ਜਾਂਦਾ ਸੀ, ਬਦੋ ਬਦੀ ਉਹ ਚੁੱਕ ਜਾਂਦਾ ਸੀ, ਚਾਹੇ ਕਿੰਨਾ ਵੀ ਉਹ ਕਰੂਅਲ ਬੰਦਾ ਨਹੀਂ ਹੈ। ਸਭ ਤੋਂ ਵੱਡੀ ਗੱਲ ਹੈ ਕਿ ਸਿੱਖੀ ਨੂੰ ਉਹ ਐਵੇਂ ਸਰਸੀ ਤੌਰ 'ਤੇ ਨਹੀਂ ਸੀ ਕਮਾਈ ਉਹਨਾਂ ਦੀ, ਉਹਨਾਂ ਦਾ ਪ੍ਰੈਕਟੀਕਲ ਜੀਵਨ ਸੀ ਸਾਰਾ। ਜੇ ਸਰਵਿਸ ਦੇ ਵਿੱਚ ਵੀ ਸੀ ਤਾਂ ਆਪਣੀ ਮਰਿਆਦਾ ਵਿੱਚ ਰਹਿੰਦੇ ਸਨ, ਅਤੇ ਉਹ ਇਸੇ ਕਾਰਨ ਕਰਕੇ ਜਦੋਂ ਸੰਗਤ ਵਿੱਚ ਜਾਣਾ ਤਾਂ ਉਹਨਾਂ ਨਾਲ ਸਾਡਾ ਪਿਆਰ ਸੀਗਾ। ਭਾਈ ਸਾਹਿਬ ਦੇ ਨਿਡਰਤਾ ਨਾਲ ਲਏ ਨਿਰਪੱਖ ਫੈਸਲੇ ਉਹਨਾਂ ਦੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦੇ। ਇਨਸਾਫ਼ ਪਸੰਦ ਸੀਗੇ ਵੀ ਜਿੱਦਾਂ ਕਿਸੇ ਨਾਲ ਕੋਈ ਬੇਇਨਸਾਫ਼ੀ ਹੋ ਰਹੀ ਹੈ ਤਾਂ ਉੱਥੇ ਆਪ ਉਹ ਖੜ੍ਹੇ ਹੋ ਜਾਂਦੇ ਸੀ ਵੀ ਇਹ ਬੇਇਨਸਾਫ਼ੀ ਹੋ ਰਹੀ ਹੈ, ਵੀ ਇਹ ਠੀਕ ਨਹੀਂ ਹੈ। ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹਦਾ ਰਿਸ਼ਤੇਦਾਰ ਹੋਵੇ, ਚਾਹੇ ਸਿੰਘ ਹੋਵੇ, ਚਾਹੇ ਨਾ ਵੀ ਸਿੰਘ ਹੋਵੇ, ਉੱਥੇ ਬੇਇਨਸਾਫ਼ੀ 'ਤੇ ਉਹ ਖੜ੍ਹ ਜਾਂਦੇ ਸੀ। ਇੱਕ ਦਿਨ ਇਹ ਤੜਕੇ ਤੜਕੇ ਉੱਠ ਕੇ ਕੋਈ ਡਾਇਰੀ ਵਿੱਚ ਲਿਖਣ ਲੱਗ ਗਿਆ, ਅਤੇ ਮੈਂ ਕਿਹਾ ਵੀ ਇਹ ਕੀ ਲਿਖ ਰਿਹਾ, ਅਤੇ ਉਹਨੇ ਮੈਨੂੰ ਨਹੀਂ ਦੱਸਿਆ ਵੀ ਕੀ ਲਿਖਿਆ। ਉਸ ਤੋਂ ਬਾਅਦ ਨਿਤਨੇਮ ਕਰਨ ਤੋਂ ਬਾਅਦ ਕੋਈ ਐਸੀ ਗੱਲ ਬਣੀ, ਸਾਡੇ ਸਿੰਘਣੀ ਦੇ ਆਪਣੇ ਬੱਚਾ ਹੋਣ ਵਾਲਾ ਸੀ ਅਤੇ ਉਹ ਦਰਦ ਹੋਇਆ ਅਤੇ ਦਾਈ ਨੂੰ ਸੱਦਿਆ ਅਤੇ ਲੜਕੇ ਦਾ ਜਨਮ ਹੋਇਆ, ਅਤੇ ਫਿਰ ਇਸਨੇ ਉਹ ਡਾਇਰੀ ਕੱਢ ਕੇ ਦਿਖਾਈ। ਉਹ ਡਾਇਰੀ 'ਤੇ ਲਿਖਿਆ ਹੋਇਆ ਸੀ, ਮੈਨੂੰ ਹੁਣੇ ਸੁਪਨਾ ਆਇਆ ਕਿ ਸਾਡੇ ਗੁਆਂਢੀਆਂ ਦੇ ਘਰ ਲੜਕਾ ਹੋਇਆ। ਮਤਲਬ ਇਹਦੀ ਸੁਰਤੀ ਦੇ ਵਿੱਚ ਪਰਮਾਤਮਾ ਦੀ ਕਲਾ ਵਰਤਦੀ ਸੀ, ਕਈ ਗੱਲਾਂ ਇਹਨੂੰ ਐਡਵਾਂਸ ਪਤਾ ਲੱਗ ਜਾਂਦੀਆਂ ਸੀ। ਸਨ 1972 ਵਿੱਚ ਮਿਸ਼ਰੀ ਬਾਜ਼ਾਰ ਅੰਮ੍ਰਿਤਸਰ ਵਿਖੇ ਇੱਕ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਸ਼ਰਾਰਤੀ ਅਨਸਰਾਂ ਨੇ ਬੇਅਦਬੀ ਕੀਤੀ ਤਾਂ ਸਾਈਡ 'ਤੇ ਜੋ ਕੰਧਾਂ ਦੇਖ ਰਹੇ ਹੋ, ਉਸ ਕੰਧਾਂ ਦੇ ਪਿਛਲੇ ਪਾਸੇ ਵਾਣ ਦੇ ਵਪਾਰੀ, ਉਹਨਾਂ ਨੇ ਇਸ ਕੰਧ ਨੂੰ ਅੰਦਰੋਂ ਦੀ ਢਾਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਵਿੱਤਰ ਮਹਾਰਾਜ ਦੀ ਬੀੜ ਸੀ ਉਸ ਦੀ ਬੇਅਦਬੀ ਕਰਕੇ ਆਪਣਾ ਸਾਰਾ ਕਬਜ਼ਾ ਕਰ ਲਿਆ ਇਸ ਜਗ੍ਹਾ ਦੇ ਉੱਤੇ। ਇਹ ਗੁਆਂਢੀਆਂ ਨੇ ਜਦੋਂ ਦੇਖਿਆ ਵੀ ਇਹ ਸਾਰਾ ਅੰਦਰੋਂ ਇਹਨਾਂ ਨੇ ਕਬਜ਼ਾ ਕਰ ਲਿਆ, ਔਰ ਉਹ ਗੁਆਂਢੀ ਜਿਹੜੇ ਸੀ ਉਹਨਾਂ ਨੇ ਉਸੇ ਵੇਲੇ ਜਾ ਕੇ ਭਾਈ ਸਾਹਿਬ ਨੂੰ ਜਾ ਕੇ ਖਬਰ ਦਿੱਤੀ ਕਿ ਭਾਈ ਸਾਹਿਬ ਵੀ ਉੱਥੇ ਆ ਕਾਰਾ ਵਰਤ ਗਿਆ। ਉਸੇ ਵੇਲੇ ਸਾਰੀ ਖਬਰ ਜਿਹੜੀ ਸੀ ਸਾਰੇ ਬਾਜ਼ਾਰ ਵਿੱਚ ਫੈਲ ਗਈ, ਇਤਨੀ ਜ਼ਿਆਦਾ ਇੱਥੇ ਰੋਸ ਪੈਦਾ ਹੋ ਗਿਆ, ਸਾਰੇ ਦੁਕਾਨਦਾਰ ਜਿਹੜੇ ਸੀ ਬਾਹਰ ਆ ਗਏ, ਔਰ ਉਹ ਜਿਹੜਾ ਸ਼ਰਾਰਤੀ ਅਨਸਰ ਸੀ ਜਿਹੜੇ ਨਾਲ ਦੇ ਦੁਕਾਨਾਂ ਵਾਲੇ ਸੀ ਉਹ ਇੱਥੋਂ ਦੌੜ ਗਏ, ਕਿਉਂਕਿ ਉਹਦੀ ਪਹੁੰਚ ਜ਼ਰਾ ਵੱਡੇ ਅਫਸਰਾਂ ਤੱਕ ਸੀ, DC ਤੱਕ, SSP ਤੱਕ, ਇਸ ਕਰਕੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਗੁਰੂ ਕੇ ਲਾਲ ਜਿਹੜੇ ਸੀ ਇੱਥੇ ਬਾਜ਼ਾਰ ਵਾਲੇ ਸਾਰਿਆਂ ਨੇ ਬਹੁਤ ਜ਼ਿਆਦਾ ਆ ਕੇ ਇਹਨਾਂ ਨੂੰ ਲਾਹਨਤਾਂ ਪਾਈਆਂ, ਪਰ ਉਹ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਸੀ। ਜਦੋਂ ਇੱਥੇ ਆਏ ਭਾਈ ਸਾਹਿਬ ਨੇ ਆਪਣੇ ਗੁਰੂ ਕੇ ਲਾਲਾਂ ਨੂੰ ਹੋਰ ਬੁਲਾਇਆ,
ਇੱਥੇ ਆ ਕੇ ਉਹਨਾਂ ਨੇ ਜੋ ਪੋਜੀਸ਼ਨ ਸੀ ਉਸ ਵੇਲੇ ਦੇਖੀ, ਫਿਰ ਉਹਨਾਂ ਨੇ ਜਾ ਕੇ ਐਸਐਸਪੀ ਨੂੰ ਦਫ਼ਤਰ ਗਏ ਔਰ ਐਸਐਸਪੀ ਦੇ ਦਫ਼ਤਰ ਜਾ ਕੇ ਉਹਨੂੰ ਸ਼ਰੇਆਮ ਉਹਦੇ ਮੂੰਹ ਦੇ ਉੱਤੇ ਕਿਹਾ ਕਿ ਜੇ ਇਹ ਬੰਦਾ ਸ਼ਾਮ ਤੱਕ ਅੰਦਰ ਨਹੀਂ ਹੋਇਆ, ਫੜਿਆ ਨਹੀਂ ਗਿਆ, ਤਾਂ ਤੁਹਾਨੂੰ ਜੋ ਇਫਜ਼ਾਨਾ ਹੈ ਉਹ ਭੁਗਤਣਾ ਪਏਗਾ। ਉਹ ਕਹਿੰਦੇ ਤੂੰ ਕੌਣ ਹੈ? ਉਹ ਕਹਿੰਦਾ ਮੈਂ ਭਾਈ ਫੌਜਾ ਸਿੰਘ। ਭਾਈ ਸਾਹਿਬ ਦੀ ਉਹ ਇੰਨੀ ਦਲੇਰੀ ਨੂੰ ਦੇਖ ਕੇ ਉਹ ਕਿਹਾ ਵੀ ਅੱਛਾ ਕਰਦੇ ਹਾਂ। ਸ਼ਾਮ ਨੂੰ ਇੱਥੇ ਸਾਰੇ ਸਿੰਘਾਂ ਨੇ ਮਸ਼ਾਲਾਂ ਲੈ ਕੇ ਸਾਰੇ ਬਾਜ਼ਾਰ ਨੂੰ ਬੰਦ ਕਰਾਤਾ ਅਗਲੇ ਦਿਨ ਔਰ ਮਸ਼ਾਲਾਂ ਦੇ ਨਾਲ ਉਹਦਾ ਜਲੂਸ ਕੱਢਿਆ ਗਿਆ। ਭਾਈ ਸਾਹਿਬ ਫਿਰ ਗਏ। ਭਾਈ ਸਾਹਿਬ ਕਹਿੰਦੇ ਤੈਨੂੰ ਅਸੀਂ ਆਖਿਆ ਸੀ ਵੀ ਤੈਨੂੰ ਜੇ ਤੂੰ ਇਹਨੂੰ ਸ਼ਾਮ ਤੱਕ ਨਹੀਂ ਫੜਿਆ ਇਹਦਾ ਦੰਡ ਤੈਨੂੰ ਮਿਲੇਗਾ। ਅਤੇ ਸ਼ਾਮ ਤੱਕ ਉਹ ਬੰਦਾ ਜਿਹੜਾ ਸੀ ਉਹ ਇੱਥੇ ਲਾਹੌਰੀ ਦਰਵਾਜ਼ੇ ਥਾਣੇ ਦੇ ਵਿੱਚ ਉਹਨਾਂ ਨੇ ਬੰਦ ਕਰਤਾ। ਭਾਈ ਸਾਹਿਬ ਫਿਰ ਉੱਥੇ ਥਾਣੇ ਦੇ ਵਿੱਚ ਗਏ, ਉਹਨੂੰ ਮਿਲੇ ਅਤੇ ਜਾ ਕੇ ਉਹ ਪੈਰੀਂ ਪਿਆ। ਉਹ ਕਹਿੰਦਾ ਬਈ ਮੈਂ ਤੈਨੂੰ ਮਾਫ਼ੀ ਨਹੀਂ ਦੇ ਸਕਦਾ, ਸੰਗਤ ਭਾਵੇਂ ਦੇ ਸਕਦੀ। ਅਗਲੇ ਦਿਨ ਪੰਡਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅਤੇ ਸੰਗਤਾਂ ਦੇ ਸਨਮੁਖ ਹੋ ਕੇ ਦੋਸ਼ੀ ਨੇ ਆਪਣੀ ਗਲਤੀ ਦੀ ਮਾਫ਼ੀ ਮੰਗੀ। ਇਸ ਘਟਨਾ ਤੋਂ ਬਾਅਦ ਭਾਈ ਸਾਹਿਬ ਦਾ ਸਤਿਕਾਰ ਸੰਗਤਾਂ ਵਿੱਚ ਹੋਰ ਵੱਧ ਗਿਆ। ਭਾਈ ਸਾਹਿਬ ਗੁਰੂ ਘਰਾਂ ਅਤੇ ਗੁਰੂਆਂ ਦਾ ਸਤਿਕਾਰ ਬਹਾਲ ਰੱਖਣ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਲੱਗੇ। ਜਿੱਥੇ ਵੀ ਕਿਤੇ ਪੰਥ ਦੋਖੀਆਂ ਵੱਲੋਂ ਗੁਰੂਆਂ ਦੇ ਸਤਿਕਾਰ ਪ੍ਰਤੀ ਨਿੰਦਣਯੋਗ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹ ਚੱਟਾਨ ਵਾਂਗ ਸਾਹਮਣੇ ਖੜ੍ਹੇ ਹੋ ਜਾਂਦੇ। ਸੰਨ 1975 ਵਿੱਚ ਇੱਕ ਹੋਰ ਘਟਨਾ ਵਾਪਰੀ। ਗੁਰਦੁਆਰਾ ਟੋਬਾ ਭਾਈ ਸਾਲੋ ਜੀ ਅਤੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕੁਝ ਫਿਰਕੂ ਰੰਗਤ ਦੇਣ ਵਾਲੇ ਪੰਥ ਦੋਖੀਆਂ ਨੇ ਗੁਰੂ ਘਰ ਦੀ ਬੇਅਦਬੀ ਕੀਤੀ। ਉਸ ਸਮੇਂ ਗਿਆਨੀ ਮੋਹਨ ਸਿੰਘ ਧੁੜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਨੇ ਇਸ ਪ੍ਰਤੀ ਗੰਭੀਰਤਾ ਨਾ ਦਿਖਾਈ। ਫਿਰ ਸੰਗਤਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ। ਭਾਈ ਫੌਜਾ ਸਿੰਘ ਜੀ ਨੇ ਤੁਰੰਤ ਸਿੰਘਾਂ ਨੂੰ SGPC ਦਫ਼ਤਰ ਕੋਲ ਇਕੱਤਰ ਕੀਤਾ ਅਤੇ ਪੂਰੇ ਜੋਸ਼ ਨਾਲ ਬੋਲੇ, ਮੈਦਾਨੇ ਜੰਗ ਵਿੱਚ ਪਿੱਠ ਦਿਖਾਉਣਾ ਗੁਰੂ ਦੇ ਸਿੰਘਾਂ ਦਾ ਕੰਮ ਨਹੀਂ। ਜੇ ਕਿਸੇ ਨੇ ਵੀ ਇਹੋ ਜਿਹੀ ਕਰਨੀ ਹੈ ਤਾਂ ਹੁਣੇ ਮੁੜ ਜਾਓ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਨਾਲ ਹੋ ਤੁਰੇ। ਭਾਈ ਸਾਲੋ ਦੇ ਟੋਬੇ ਦੇ ਉੱਤੇ ਬਹੁਤ ਜ਼ਿਆਦਾ ਬੇਅਦਬੀ ਸੀ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹਨਾਂ ਹਿੰਦੂਆਂ ਨੇ ਨਾ ਉੱਥੇ ਜੋੜੇ ਰੱਖੇ ਸੀ ਜਾਨ ਕਿਸ਼ਤਾਨੀ 'ਚ। ਪਹਿਲਾਂ ਤਾਂ ਉੱਥੇ ਲੜਾਈ ਲੜੀ ਉਹਨਾਂ ਨੇ, ਉਸ ਤੋਂ ਬਾਅਦ ਗੁਰਕੇ ਮਹਿਲ ਗਏ। ਖੂਹ ਦੇ ਨਾਲ ਕਮਰਾ ਬਣਿਆ ਜੀ, ਕਮਰੇ ਵਿੱਚ ਮਹਾਰਾਜਾ ਪ੍ਰਕਾਸ਼ ਕੀਤਾ। ਇਹ ਹਾਲ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਜਾਂ ਬਿਲਡਿੰਗ ਦੇਖ ਰਹੇ ਹਾਂ, ਇਹ ਕੁਛ ਨਹੀਂ ਸੀ। ਇੱਥੇ ਬਿਲਡਿੰਗਾਂ ਬਿਲਕੁਲ ਇੰਨੀਆਂ ਕੰਜਸਟਡ ਸੀਗੀਆਂ ਕਿ ਬੰਦਾ ਉੱਥੇ ਆਪਣੇ ਘਰੋਂ ਖਲੋ ਕੇ ਵੱਟਾਂ ਮਾਰੇ ਅਤੇ ਸਿੱਧਾ ਗੁਰਦੁਆਰੇ ਅੰਦਰ ਜਾਂਦਾ ਸੀ। ਇੱਟ ਮਾਰਨੀਆਂ ਸ਼ੁਰੂ ਕੀਤੀਆਂ ਵੀ ਸਿੱਖਿਆ ਜਿਹੜੇ ਇੱਥੇ ਆਏ ਨੇ ਸਾਰੇ ਇਹਨਾਂ ਫੱਟੜ ਕਰ ਦਿਉ, ਇਹ ਭਜਾ ਦਿਉ। ਖੂਹ ਦੇ ਨਾਲ ਇੱਕ ਛੋਟਾ ਜਿਹਾ ਕਮਰਾ ਸੀ, ਕਮਰੇ ਵਿੱਚ ਅਸੀਂ ਉੱਪਰ ਚੜ੍ਹੇ ਹਾਂ ਤਾਂ ਅਸੀਂ ਉੱਪਰ ਚੜ੍ਹੇ ਹਾਂ ਤਾਂ ਸਾਡੇ ਉਹਨਾਂ ਨੇ ਤੇਜ਼ਾਬ ਦੀਆਂ ਬੋਤਲਾਂ ਜਿਹਦੇ ਵਿੱਚ ਤੇਜ਼ਾਬ ਪਾਇਆ, ਤੇਜ਼ਾਬ ਦੇ ਨਾਲ ਉਹਨਾਂ ਨੇ ਅੱਗ ਲਾ ਕੇ ਅਤੇ ਉਹ ਬੋਤਲਾਂ ਸਾਨੂੰ ਮਾਰ ਰਹੇ ਨੇ। ਇੱਕ ਢਾਲ ਸੀ ਸਾਡੇ ਕੋਲ ਭਾਈ ਸਾਹਿਬ ਕੋਲ, ਉਹ ਢਾਲ ਦੇ ਬੈਠੀ ਸੀ ਜਿਸ ਵੇਲੇ ਆ ਕੇ ਉਹ ਪੱਟ ਜਾਂਦੀ ਸੀ। ਪੱਟਣ ਤੋਂ ਬਾਅਦ ਸਾਡੇ ਮੂੰਹ 'ਤੇ ਸਾਡੇ ਕੱਪੜਿਆਂ 'ਤੇ ਅਸੀਂ ਤਿੰਨਾਂ ਚੋਂ ਬੰਦਿਆਂ ਦੇ ਸਾਰਿਆਂ ਪਿਆ। ਬੁਰਸ਼ਿਟ ਵੀ ਫੱਟੀ ਹੋਈ, ਮੇਰੀ ਕੇਸ ਕੀ ਦਸਤਾਰ ਵੀ ਫੱਟੀ, ਇੰਨਾ ਤੇਜ਼ਾਬ ਉਹਨਾਂ ਦੇ ਸੀਟ 'ਤੇ ਪਿਆ ਤਾਂ ਦਾਗ ਹੋਇਆ ਸੀ, ਸੀਟ 'ਤੇ ਕੋਈ ਦਾਗ ਨਹੀਂ ਸੀ, ਕੱਪੜੇ ਸਾਰੇ ਉਹਨਾਂ ਦੇ ਤੇਜ਼ਾਬ ਦੇ ਨਾਲ ਸਾਰੇ ਫੱਟੇ ਹੋਏ ਸੀ। ਗੁਰਦੁਆਰੇ ਦੇ ਨਾਲ ਨਾਲ ਕੰਧਾਂ ਬਾਜ਼ਾਰ ਹੈ, ਛੋਟੀ ਜਿਹੀ ਗਲੀ ਹੈ, ਪਰ ਜਿਹੜੀ ਗਲੀ ਹੈ ਉਹ ਵੀ ਗਲੀ ਕੋਈ ਗਲੀ ਚਾਰ ਪੰਜ ਫੁੱਟ ਦੀ, ਉਹਦੇ ਨਾਲ ਮਕਾਨ ਬਣੇ ਨੇ ਤਿੰਨ ਚਾਰ ਮੰਜ਼ਿਲੇ, ਉਹਦੇ ਉੱਤੇ ਡਿੱਗ ਰਹੀਆਂ ਸਨ ਸਾਈਟਾਂ। ਬਾਜਵਾ ਇੰਸਪੈਕਟਰ ਸੀ ਉਸ ਵੇਲੇ, ਅਪਾਰ ਸਿੰਘ ਬਾਜਵਾ, ਅਤੇ ਉਹ ਕਹਿਣ ਕਰਦੇ ਸੀ ਜਿਹਨੇ ਭਾਈ ਫੌਜਾਂ ਨੂੰ ਗ੍ਰਿਫਤਾਰ ਕਰਨਾ ਸੀ, ਬਾਕੀ ਉਹਨੇ ਕਹਿੰਦਾ ਸਾਡਾ ਮੇਨ ਬੰਦਾ ਉਹੀ ਹੈਗਾ। ਉਹਨਾਂ ਨੇ ਉਸ ਦਾ ਮੁਕਾਬਲਾ ਕਰਕੇ ਗੁਰੂ ਕੇ ਮਹਿਲਾਂ ਦੇ ਉੱਤੇ ਕੋਈ ਵੀ ਕਿਰਾਈ ਪਾਤਰ ਸਤਿਕਾਰ ਦੇ ਵਿੱਚ ਕੋਈ ਵੀ ਆਂਚ ਨਹੀਂ ਆਉਣ ਦਿੱਤੀ ਅਤੇ ਆਪਣੇ ਸਿੰਘਾਂ ਨੂੰ ਉਸੇ ਤਰ੍ਹਾਂ ਜੂਝਦੇ ਹੋਏ ਅਤੇ ਇਹ ਜਿਹੜਾ ਬੜਾ ਵੱਡਾ ਮੋਰਚਾ ਕਹਿ ਲਓ ਇਹ ਫਤਿਹ ਕਰਕੇ ਭਾਈ ਸਾਹਿਬ ਆਏ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਗੁਰੂ ਘਰਾਂ ਦੀ ਰਾਖੀ ਕਰਨ ਦੇ ਨਾਲ ਨਾਲ ਭਾਈ ਸਾਹਿਬ ਸਿੱਖੀ ਸਿਧਾਂਤਾਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ 'ਤੇ ਵੀ
ਪਹਿਰਾ ਦਿੰਦਿਆਂ ਨਿਸ਼ਕਾਮ ਕੀਰਤਨੀ ਜਥੇ ਸਮੇਤ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਵੀ ਕਰਦੇ। ਸਰਵਿਸ ਕਰਨ ਤੋਂ ਬਾਅਦ ਮਤਲਬ ਜਾਂਦੇ ਸੀ ਸਾਰੇ ਸਿੰਘ ਇਕੱਠੇ ਹੋ ਕੇ ਪਿੰਡਾਂ ਵਿੱਚ ਜਾ ਕੇ ਕੀਰਤਨ ਕਰਦੇ ਸੀ। ਰਾਤ ਨੂੰ ਉੱਥੇ ਦੁਨੀਆਂ ਨੂੰ ਦੱਸਣਾ ਵੀ ਅੰਮ੍ਰਿਤ ਕੀ ਚੀਜ਼ ਆ, ਸਾਰ ਗੁਰਸਿੱਖੀ ਬਾਰੇ ਮਤਲਬ ਪ੍ਰਚਾਰ ਕਰਨਾ। ਸਵੇਰੇ ਅੰਮ੍ਰਿਤ ਵੇਲਾ ਕਰਕੇ ਫਿਰ ਸਿੰਘ ਵਾਪਸ ਆ ਜਾਂਦੇ ਸੀ। ਇਸ ਤਰ੍ਹਾਂ ਹੀ ਅਗਲੇ ਪਿੰਡ ਚਲੇ ਜਾਂਦੇ ਸੀ ਦੂਸਰੇ ਦਿਨ। ਕਰਦਿਆਂ ਕਰਦਿਆਂ ਮਤਲਬ ਦਸੋਂ ਤਿੰਨ ਚਾਰ ਪੰਜ ਪਿੰਡ ਗੁਜ਼ਰ ਜਾਂਦੇ ਸਨ। ਉਸ ਤੋਂ ਬਾਅਦ ਫਿਰ ਉੱਥੇ ਜਾ ਕੇ ਮਤਲਬ ਸਾਰੀ ਸੰਗਤ ਇਕੱਠੀ ਕਰਕੇ ਲੈਕਚਰ ਕਰਦੇ ਸੀ, ਗੁਰੂ ਸਾਹਿਬ ਨੇ ਸਾਡੇ ਵਾਸਤੇ ਕੀ ਕੁਛ ਕੀਤਾ ਹੈ, ਔਰ ਇਹਨੂੰ ਉਹਨਾਂ ਨੇ ਲੈਕਚਰ ਕਰਨਾ ਬਕਾਇਦਾ, ਔਰ ਅੰਮ੍ਰਿਤ ਸੰਚਾਰ ਹੋਣਾ। ਬਹੁਤ ਅੱਧੇ ਅੱਧੇ ਪਿੰਡ ਤਿਆਰ ਹੋ ਜਾਂਦੇ ਸੀ, ਮਤਲਬ ਇੰਨਾ ਪ੍ਰਚਾਰ ਹੁੰਦਾ ਸੀ ਪਿੰਡਾਂ ਵਿੱਚ। ਬਹੁਤ ਲੋਕ ਅੰਮ੍ਰਿਤਸਰ ਛਕਦੇ ਸਨ। ਇੱਕ ਚੀਜ਼ ਹੈ ਵੀ ਉਹਨਾਂ ਦੀ ਮੈਂ ਜਿੱਥੇ ਜਿਸ ਘਰ 'ਚ ਪੈਂਦੇ ਸੀ ਨਾ, ਤਾਂ ਉਹ ਘਰ ਦੂਜੀ ਜਾਂ ਤੀਜੀ ਵਾਰੀ ਸਾਰਾ ਅੰਮ੍ਰਿਤਧਾਰੀ ਹੋ ਜਾਂਦਾ ਸੀ। ਉਹਨਾਂ ਦੀ ਸ਼ਖਸੀਅਤ ਦਾ ਹਿਸਾਬ ਕਿਤਾਬ ਇਹੋ ਜਿਹਾ ਸੀ। ਭਾਈ ਸਾਹਿਬ ਨੇ ਆਪਣੀ ਦੁਨਿਆਵੀ ਨੌਕਰੀ ਛੱਡ ਕੇ ਅਕਾਲ ਪੁਰਖ ਦੀ ਡਿਊਟੀ ਲਈ ਸਮਾਂ ਹੋਰ ਵਧਾ ਦਿੱਤਾ। ਉਹਨਾਂ ਨੇ ਗੁਰਦਾਸਪੁਰ ਦੇ ਇਲਾਕੇ ਵਿੱਚ ਰਾਵੀ ਕਿਨਾਰੇ ਆਪਣੀ ਜਨਮ ਭੂਮੀ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਥੇ ਹੀ ਸਤਸੰਗ ਕਰਨਾ ਸ਼ੁਰੂ ਕਰ ਦਿੱਤਾ। ਭਾਈ ਸਾਹਿਬ ਨੇ ਆਪਣੀ ਨੌਕਰੀ ਤੋਂ ਬਾਅਦ ਆਪਣੇ ਭਰਾਵਾਂ ਦੇ ਨਾਲ ਐਗਰੀਮੈਂਟ ਕਰਕੇ ਅਤੇ ਉਹ ਇਸ ਜਗ੍ਹਾ ਦੇ ਉੱਤੇ ਆ ਗਏ। ਉਹਨਾਂ ਦਾ ਇਹ ਸੁਪਨਾ ਸੀ ਵੀ ਆਪਾਂ ਇੱਥੇ ਇੱਕ ਖਾਲਸਾ ਫੈਮਿਲੀ ਦੇ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਰਹੀਏ ਅਤੇ ਇਕੱਠੀ ਸਿੱਖੀ ਦਾ ਪ੍ਰਚਾਰ ਕਰੀਏ। ਭਾਈ ਸਾਹਿਬ ਨੇ ਫਿਰ 76 ਦੇ ਵਿੱਚ ਇੱਥੇ ਗੁਰਮਤਿ ਕੈਂਪ ਔਰਗਨਾਈਜ਼ ਕੀਤਾ, ਔਰ ਭਾਈ ਸਾਹਿਬ ਦੀ ਕੰਡੀਸ਼ਨ ਸੀ ਵੀ ਕੋਈ ਵੀ ਗੁਰਮੁਖ ਪਿਆਰਾ ਜਿਹੜਾ ਵੀ ਇੱਥੇ ਆਏਗਾ ਗੁਰਮੁਖੀ ਬਾਣੇ ਦੇ ਵਿੱਚ ਆਏਗਾ। ਭਾਈ ਸਾਹਿਬ ਦੇ ਉਸ ਸਮਾਗਮ ਦੇ ਵਿੱਚ 15 ਦਿਨ ਦਾ ਕੈਂਪ ਸੀ। ਉਹ 15 ਦਿਨਾਂ ਦੇ ਵਿੱਚ ਅਸੀਂ ਇੱਥੇ ਹੀ ਆਨੰਦ ਲਿਆ, ਕਿਉਂਕਿ ਉਸ ਗੁਰਮਤਿ ਸਮਾਗਮ ਸੀ ਔਰ ਉਹਦੀ ਯਾਦ ਕਦੀ ਭੁੱਲ ਨਹੀਂ ਸਕਦੀ ਸਾਨੂੰ। ਉਹ ਸਾਰੀ ਸ਼ਹੀਦ ਸਿੰਘਾਂ ਦੀ ਥਾਂ, ਉੱਥੇ ਬੜੀਆਂ ਸ਼ਹੀਦੀਆਂ ਹੀ ਆ। ਜਦੋਂ ਉੱਥੇ ਬੈਠਦਾ ਸੀ ਕਈ ਸਿੰਘਾਂ ਦੇ, ਤਾਂ ਉੱਥੇ ਸ਼ਹੀਦ ਸਿੰਘਾਂ ਦੇ ਚਿੱਟੇ ਕੱਪੜਿਆਂ ਦੇ ਦਰਸ਼ਨ ਵੀ ਹੁੰਦੇ ਸੀ, ਅਤੇ ਬੜੀ ਰਮਣੀਕ ਥਾਂ ਸੀ, ਬੜਾ ਮਤਲਬ ਕਿ ਆਨੰਦ ਆਉਂਦਾ ਸੀ ਉੱਥੇ ਰਹਿ ਕੇ। ਆਮ ਖਾਸ ਤੌਰ 'ਤੇ ਉੱਥੇ ਮਤਲਬ ਕੱਚੀ ਇੱਕ ਕੁੱਲੀ ਦੇ ਟਾਈਪ ਸੀਗਾ, ਗੁਰੂ ਮਹਾਰਾਜ ਦਾ ਸਰੂਪ ਵੀ ਉਹ ਕੁੱਲੀ ਦੇ ਟੈਪ ਵਿੱਚ ਰੱਖਿਆ ਸੀਗਾ, ਅਤੇ ਆਪਾਂ ਕੁੱਲੀ ਵਿੱਚ ਹੀ ਆਪਾਂ ਰਹਿ ਰਹੇ ਸੀ, ਮਤਲਬ ਪ੍ਰਾਚਨ ਸਿੰਘਾਂ ਦੀ ਤਰ੍ਹਾਂ ਉਹ ਰਹਿਣੀ ਬਹਿਣੀ ਸੀਗੀ। ਅਸੀਂ ਫਿਰ ਉੱਥੇ ਮੰਡ ਵਿੱਚ ਜਿੱਥੇ ਉਹਨਾਂ ਦਾ ਡੇਰਾ ਸੀ, ਅਸੀਂ ਫਿਰ ਲਾਸਟ ਵਾਲੇ ਦਿਨ ਉੱਥੇ ਮਤਲਬ ਪਹੁੰਚ ਗਏ। ਉੱਥੇ ਜਾ ਕੇ ਸਿਮਰਨ ਕਰਨਾ, ਕੀਰਤਨ ਕਰੀ ਜਾਣਾ, ਉੱਥੇ ਐਕਟੀਵਿਟੀ ਖਾਸ ਕਰਕੇ ਗੁਰਸਿੱਖਾਂ ਵਾਲਾ ਪੂਰਾ ਜੀਵਨ ਜਿਹੜਾ ਸੀ ਉਹ ਦੱਸਿਆ ਜਾਂਦਾ ਸੀ ਕਿ ਸਵੇਰੇ ਅੰਮ੍ਰਿਤ ਵੇਲੇ ਕਿਸ ਤਰ੍ਹਾਂ ਉੱਠ ਕੇ ਅਤੇ ਫਿਰ ਨਾਮ ਸਿਮਰਨ ਕਰਨਾ, ਫਿਰ ਬਾਣੀ ਪੜ੍ਹਨੀ, ਅਤੇ ਇੱਥੋਂ ਤੱਕ ਕਿ ਆਪਣੇ ਸਰੀਰਕ ਐਕਸਰਸਾਈਜ਼ ਵਗੈਰਾ ਵੀ ਭਾਈ ਸਾਹਿਬ ਕਾਫੀ ਮਤਲਬ ਇਹ ਹੱਕ ਵਿੱਚ ਸੀਗੇ। ਗੱਤਕਾ ਮੈਨੂੰ ਸਿਖਾਉਣ ਦਾ ਢੰਗ ਉਹਨਾਂ ਦਾ ਸੀ ਵੀ ਮੈਂ ਸਿੱਖਦੀ ਨਹੀਂ ਸੀ ਗੱਤਕਾ, ਮੇਰੇ ਲਾਗੇ ਸੋਟੀ ਰੱਖ ਕੇ ਨਾ, ਅਤੇ ਉਹਨਾਂ ਨੇ ਮੈਨੂੰ ਹੌਲੀ 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 ਮਾਰਨੀ ਸ਼ੁਰੂ ਕਰਨੀ। ਜਦੋਂ ਮੈਨੂੰ ਤੇਜ਼ ਵੱਜਣੀ ਤਾਂ ਮੈਂ ਸੋਟੀ ਚੁੱਕ ਕੇ ਅਤੇ ਮਗਰ ਦੌੜ ਮਾਰਨੀ ਉਹਨਾਂ ਨੂੰ। ਉਹਨੇ ਕਹਿਣਾ ਅੰਮ੍ਰਿਤ ਜੀ ਤੁਹਾਨੂੰ ਇਹੀ ਸਿਖਾਉਣਾ ਚਾਹੁੰਦਾ ਸੀ। ਅਤੇ ਇਹ ਹੁਣ ਇੱਕ ਦਿਨ ਲੁਧਿਆਣੇ ਅਖਾੜੇ ਦੇ ਵਿੱਚ ਮੈਨੂੰ ਕਹਿੰਦੇ ਅੱਜ ਅੰਮ੍ਰਿਤ ਜੀ ਤੇਰੇ ਕੋਲ ਮੈਂ ਜਾਣ ਕੇ ਨਹੀਂ ਸੋਟੀ ਖਾਂਦੀ। ਮੈਂ ਸਭ ਤੋਂ ਪਹਿਲਾਂ ਗੱਤਕਾ ਜਿਹੜਾ ਭਾਈ ਸਾਹਿਬ ਭਾਈ ਫੌਜਾ ਸਿੰਘ ਕੋਲ ਸਿੱਖਿਆ ਸੀਗਾ, ਉੱਥੇ ਭਾਈ ਸਾਹਿਬ ਕੀ ਸਿੱਖ ਕੌਮ ਦੀਆਂ ਗੱਲਾਂ ਕਰਦੇ ਹੁੰਦੇ ਸਨ। ਇੱਕ ਸੰਸਥਾ ਸੀਗੀ ਭਾਈ ਸਾਹਿਬ ਫੌਜਾ ਸਿੰਘ ਸੀ, ਔਰ ਸਿੱਖੀ ਜਿਹੜੀ ਗੱਲ ਹੋਣੀ ਉਹਨਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੁੰਦੇ ਸੀ। ਜੇ ਮੈਨੂੰ ਵੱਡੀ ਕੋਈ ਗੱਲ ਇੱਕ ਤਾਂ ਹੁੰਦੀ ਸੀਗੀ ਕਿ ਉਹ ਕਹਿੰਦੇ ਸੀ ਕਿ ਕੋਈ ਪੰਥ ਕ੍ਰੀਤੀ ਰੋਤਣੀ ਹੋ ਰੋਕਣੀ ਹੋਵੇ, ਕਹਿੰਦੇ 40 ਸਿੰਘ ਚਾਹੀਦੇ ਨੇ, 40 ਸਿੰਘ ਹੋਣ ਜਿਹੜੇ ਸਿਰਦਾਨ ਵਾਲੇ ਹੋਣ, ਕਹਿੰਦੇ ਦੁਨੀਆਂ ਦੀ ਵੱਡੀ ਤੋਂ ਵੱਡੀ ਕ੍ਰੀਤੀ ਵੀ ਰੋਕੀ ਜਾ ਸਕਦੀ ਹੈ। ਜਦੋਂ ਗੱਤਕਾ ਖੇਡਦੇ ਸੀਗੇ ਅਤੇ ਫਿਰ ਉਹਨਾਂ ਨੇ ਕਈ ਵਾਰਾਂ ਇਕੱਲਿਆਂ ਹੀ ਇੱਕ ਲਾਠੀ ਫੜ ਲੈਣੀ, ਡਾਂਗ ਫੜ ਲੈਣੀ, ਅਤੇ 8-9 ਬੰਦਿਆਂ ਨੂੰ ਉਹਨਾਂ ਨੇ ਆਪਣੇ ਦੁਆਲੇ ਕਰ ਲੈਣਾ, ਉਹਨਾਂ ਨੇ ਡਾਂਗਾ ਚਲਾਉਣੀਆਂ, ਉਹਨਾਂ 8 ਬੰਦਿਆਂ ਨੂੰ ਹੀ ਉਹਨਾਂ ਨੇ ਘੁਮਾ ਘੁਮਾ ਕੇ ਪਰੇ ਮਾਰ ਦੇਣਾ। ਇੰਨੀ ਮਤਲਬ ਸੂਰਬੀਰਤਾ ਨਾਲ ਉਹਨਾਂ ਦਾ ਸਾਰਾ ਜ਼ਿਹਨ ਚੱਲਦਾ ਸੀ, ਔਰ ਅੱਖਾਂ ਦਾ ਉਹਨਾਂ ਦਾ ਇੰਨਾ ਤੇਜ਼ ਹੈਗਾ ਸੀਗਾ ਵੀ ਉਹਨਾਂ ਨੂੰ ਸਭ ਪਤਾ ਲੱਗਦਾ ਸੀ ਇੱਧਰੋਂ ਕਿੱਧਰੋਂ ਆ ਰਿਹਾ ਸਾਰਾ। ਉਹਨਾਂ ਦਾ ਤਾਂ ਸਿਮਰਨ ਸੀ, ਸਿਮਰਨ ਦੇ ਨਾਲ ਬਹਾਦਰੀ ਸੀ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਂ ਕੇ ਜਾਂ ਕਰ ਸਕਦੇ ਪੂਰਾ। ਆਮ ਤੌਰ 'ਤੇ ਗੱਤਕੇ ਦੀ ਟ੍ਰੇਨਿੰਗ ਭਾਈ ਸਾਹਿਬ ਦਿੰਦੇ ਸੀ, ਉਹਨਾਂ ਦੇ ਉਸਤਾਦ ਜੀ ਰਾਜ ਮਲੱਖਾ ਸਿੰਘ ਜੀ ਹੁੰਦੇ ਸੀਗੇ,
ਅਤੇ ਉਹ ਕਦੇ ਕਦੇ ਆਉਂਦੇ ਸੀ, ਬਾਕੀ ਭਾਈ ਸਾਹਿਬ ਆਪ ਹੀ ਜਿਹੜੇ ਦੂਸਰੇ ਆਮ ਜਿਹੜੇ ਸਿੰਘ ਆਉਂਦੇ ਸੀ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ। ਗੱਤਕਾ ਖੇਡ ਕੇ ਪ੍ਰਸ਼ਾਦਾ ਛਕਣਾ, ਥੋੜ੍ਹਾ ਆਰਾਮ ਕਰਨਾ, ਫਿਰ ਉਹਨਾਂ ਨੇ ਅਸੀਂ ਵਿੱਚ ਉੱਥੇ ਹੁੰਦੇ ਸੀ ਉਸ ਟਾਈਮ। ਬਸ ਇਸ ਤਰ੍ਹਾਂ ਹੀ ਲਾਗੇ ਦਰਿਆ ਸੀ, ਸ਼ਾਂਤ ਮਾਹੌਲ ਸੀ। ਮਹਿਕਮ ਸਿੰਘ ਵੀ ਉੱਥੇ ਜਾਂਦੇ ਜਾ ਕੇ ਆਪਣਾ ਕਿੰਨਾ ਹਫ਼ਤਾ ਹਫ਼ਤਾ ਮਹੀਨਾ ਮਹੀਨਾ ਲਾ ਆਉਂਦੇ ਸੀ। ਇੱਥੇ ਨੇੜੇ ਹੀ ਬਹਿਰਾਮਪੁਰ ਕਸਬਾ ਹੈ, ਜਿੱਥੋਂ ਦਾ ਇੱਕ ਨਾਮੀ ਬਦਮਾਸ਼ ਸੀ, ਨਾਮ ਸੀ ਪੈਰੋਂ। ਬੜਾ ਹੀ ਬੇਰਹਿਮ, ਇਲਾਕੇ ਵਿੱਚ ਆਪਣੀ ਦਹਿਸ਼ਤ ਬਣਾਈ ਹੋਈ ਸੀ। ਅਤੇ ਇੱਕ ਦਿਨ ਉਸਨੇ ਉਸੇ ਪਿੰਡ ਦੇ ਇੱਕ ਸਿੱਖ ਬੱਚੀ ਦੀ ਬੇਇੱਜ਼ਤੀ ਅਤੇ ਇੱਕ ਸਿੱਖ ਨੂੰ ਕੁੱਟਿਆ, ਮਾਰਿਆ ਅਤੇ ਜ਼ਲੀਲ ਕੀਤਾ। ਜਦੋਂ ਭਾਈ ਫੌਜਾ ਸਿੰਘ ਹੋਰਾਂ ਨੂੰ ਇਸ ਗੱਲ ਦਾ ਪਤਾ ਲੱਗਾ, ਭਾਈ ਸਾਹਿਬ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਮਿਲਣ ਵਾਸਤੇ ਆਏ। ਮਨ ਵਿੱਚ ਇਹ ਸੋਚਿਆ ਕਿ ਇਸ ਨੂੰ ਸਿੱਖ ਬਣਾਉਣਾ, ਇਸ ਨੂੰ ਸਿੱਖ ਮਤ ਦੇਣੀ ਹੈ। ਅੱਗੇ ਪਹੁੰਚ ਕੇ ਉਸ ਦਾ ਸਾਹਮਣਾ ਭਾਈ ਸਾਹਿਬ ਨਾਲ ਹੋ ਗਿਆ। ਭਾਈ ਸਾਹਿਬ ਨੇ ਬੜੀ ਨਿਮਰਤਾ ਨਾਲ, ਪਿਆਰ ਨਾਲ ਉਹਨੂੰ ਪੁੱਛਿਆ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਖਾਲਸਾ ਫੌਜ ਬਾਰੇ ਉਸਨੂੰ ਚੇਤਾ ਕਰਾਇਆ। ਤਾਂ ਉਹ ਅਹੰਕਾਰ ਦੇ ਵਿੱਚ, ਗਰੂਰ ਦੇ ਵਿੱਚ ਉਹ ਫਿੱਕਾ ਬੋਲਣ ਲੱਗ ਪਿਆ ਅਤੇ ਕੂੜ ਕਸੁੱਤ ਬੋਲਣਾ ਸ਼ੁਰੂ ਕਰਤਾ। ਭਾਈ ਸਾਹਿਬ ਨੇ ਇੰਨੀ ਜ਼ੋਰ ਦੀ ਥੱਪੜ ਮਾਰਿਆ ਉਸਨੂੰ ਕਿ ਉਹ ਲੜਖੜਾ ਕੇ ਪਿੱਛੇ ਡਿੱਗ ਗਿਆ। ਫਿਰ ਉੱਠ ਕੇ ਉਸਨੇ ਭਾਈ ਸਾਹਿਬ 'ਤੇ ਵਾਰ ਕੀਤਾ। ਭਾਈ ਸਾਹਿਬ ਨੇ ਐਸਾ ਵਾਰ ਕੀਤਾ ਕਿ ਉਹ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਉੱਥੇ ਖੜ੍ਹ ਕੇ ਭਾਈ ਸਾਹਿਬ ਨੇ ਮਨ ਦੇ ਵਿੱਚ ਉਹਦੇ ਵਾਸਤੇ ਅਰਦਾਸ ਕੀਤੀ। ਅੱਤ ਅਤੇ ਅੰਤ ਦਾ ਵੈਰ ਹੁੰਦਾ ਹੈ। ਪੈਰੋਂ ਬਦਮਾਸ਼ ਦੇ ਅੱਤ ਦਾ ਅੰਤ ਹੋਇਆ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸੇ ਘਟਨਾ ਕਰਕੇ ਭਾਈ ਸਾਹਿਬ ਨੂੰ ਜੇਲ੍ਹ ਜਾਣਾ ਪਿਆ। ਜੇਲ੍ਹ ਵਿੱਚ ਵੀ ਉਹਨਾਂ ਦਾ ਨਾਮ ਸਿਮਰਨ ਅਤੇ ਸਿੱਖੀ ਪ੍ਰਚਾਰ ਜਾਰੀ ਰਿਹਾ। ਸਤਸੰਗ ਲਗਾ ਕੇ ਕੈਦੀਆਂ ਨੂੰ ਸੁਧਾਰਨਾ ਸ਼ੁਰੂ ਕੀਤਾ। ਜੇਲ੍ਹ ਅੰਦਰ ਹੀ ਉਹਨਾਂ ਦੇ ਸੰਪਰਕ ਵਿੱਚ ਇੱਕ ਗਿੰਦੀ ਨਾਮ ਦਾ ਨੌਜਵਾਨ ਆਇਆ, ਜੋ ਆਪਣੇ ਆਪ ਨੂੰ ਬਦਮਾਸ਼ ਕਹਾਉਂਦਾ ਸੀ। ਭਾਈ ਸਾਹਿਬ ਦੀ ਸੰਗਤ ਵਿੱਚ ਉਹਦਾ ਜੀਵਨ ਬਦਲ ਗਿਆ, ਬਦਮਾਸ਼ ਤੋਂ ਸੰਤ ਬਣ ਗਿਆ। ਉਹ ਖੁਦ ਆਪਣੀ ਜ਼ੁਬਾਨੀ ਦੱਸਦਾ ਹੈ। ਸਨ 77 ਵਿੱਚ ਸਾਡਾ ਮਿਲਾਪ ਹੋਇਆ। ਮੈਂ ਭਾਈ ਸਾਹਿਬ ਸ਼ਹੀਦ ਸਾਹਿਬ ਭਾਈ ਫੌਜਾ ਸਿੰਘ ਜੀ ਦੇ ਸੰਪਰਕ 'ਚ ਆਉਣ ਤੋਂ ਪਹਿਲਾਂ ਕਲੀਨ ਸ਼ੇਪ ਸੀ। ਜਿਹਨੇ ਦਾੜੀ ਖੁੱਲ੍ਹੀ ਰੱਖੀ ਹੋਏ ਅਤੇ ਪੱਗ ਬੱਧੀ ਹੋਏ ਤਾਂ ਅਸੀਂ ਲੋਕ ਪਿੰਡਾਂ ਵਾਲੇ ਨੂੰ ਬਾਬਾ ਹੀ ਕਹਿੰਦੇ ਸੀ। ਹਾਂਜੀ, ਇਹ ਵੀ ਉੱਥੇ ਸੀ, ਇਹਨਾਂ ਨੇ ਆਪਣੀ ਨਜ਼ਰ ਨਾਲ ਇਸ ਤਰ੍ਹਾਂ ਕਰਕੇ ਵੇਖਿਆ। ਮੈਂ ਬਾਬਾ ਜੀ, ਕਹਿੰਦਾ ਨਹੀਂ ਭਾਅ ਜੀ। ਇਹਨਾਂ ਫਿਰ ਮੈਨੂੰ ਆਪਣੇ ਲਾਗੇ ਥੋੜ੍ਹਾ ਜਿਹਾ ਕਰਕੇ ਮੇਰੇ ਸਿਰ ਨੰਗੇ ਸਿਰ ਉੱਤੇ ਨਾ ਪਟੋਕੀ ਮਾਰੀ ਅਤੇ ਕਹਿੰਦੇ ਆਪਾਂ ਇੰਝ ਨੰਗੇ ਸਿਰ ਚੰਗੇ ਨਹੀਂ ਲੱਗਦੇ। ਇਹਨਾਂ ਦੇ ਆਪਣੇ ਆਪ ਨੂੰ ਵੀ ਕਰ ਲਿਆ, ਆਪਾਂ ਇੰਝ ਨੰਗੇ ਸਿਰ ਚੰਗੇ ਨਹੀਂ ਲੱਗਦੇ। ਉਹ ਪਟੋਕੀ ਮਾਰਦੇ ਜਦੋਂ ਮੇਰੇ ਆਟੋਮੈਟਿਕ ਨਾ ਸਿਰ ਦੇ ਵੱਜੇ ਅਤੇ ਮੇਰੇ ਕੰਨ 'ਚ ਇਹੋ ਗੂੰਜੇ, ਆਪਾਂ ਇੰਝ ਨੰਗੇ ਸਿਰ ਚੰਗੇ ਹੀ ਨਹੀਂ ਲੱਗਦੇ। ਉਹ ਘੜੀ ਮੜੀ ਉਹ ਹੁੰਦਾ ਪਹਿਲਾਂ ਮੈਂ ਉਹ ਲੱਗਦਾ ਕਮਰੇ 'ਚੋਂ ਆਪਣੇ ਬੈਠ ਕੇ ਚਲ ਗਿਆ। ਉੱਥੇ ਮੈਂ 50 ਬੱਧੀ ਪੱਗ ਬੱਧੀ ਖਿੱਚ ਖੁੱਚ ਕੇ ਅਤੇ ਕੱਪੜੇ ਉਹ ਰਹਿਣ 'ਤੇ ਬਦਮਾਸ਼ਾਂ ਵਾਲੇ ਲੰਬਾ ਚਿੱਟ ਕੁੜਤਾ ਥੱਲੇ ਚਾਦਰ ਆ ਅਤੇ ਮੈਂ ਫਿਰ ਚਲ ਗਿਆ ਉੱਥੇ। ਮੈਨੂੰ ਜੱਫੀ ਬਾਬਾ ਕਹਿੰਦੇ ਵੇਖਿਆ ਬਹੁਤ ਛੇਤੀ ਅਸਰ ਹੋਇਆ, ਮੈਂ ਤੇਰੇ 'ਤੇ ਬਹੁਤ ਖੁਸ਼ ਹਾਂ। ਇਸ ਤਰ੍ਹਾਂ ਤਾੜੀ ਮਾਰ ਕੇ ਉਹਨਾਂ ਕਿਹਾ ਕਹਿੰਦੇ ਬਹੁਤ ਖੁਸ਼ ਹਾਂ। ਮੈਂ ਫਿਰ ਪੱਗ ਲਾ ਕੇ ਅਤੇ ਟੰਗਤੀ 50 ਵੀ ਲਾਤੀ। ਮੈਨੂੰ ਅੰਦਰ ਇੰਨ ਲੱਗੇ ਘੁੱਟਣ ਜੀ ਮਹਿਸੂਸ ਹੋਈ, ਅੰਦਰ ਪੱਖੇ ਪੁੱਖੇ ਹੈ ਨਹੀਂ। ਮੈਂ ਯਾਰ ਬਾਹਰ ਨਿਕਲੀ, ਮੈਂ ਵਾਰਡਨ ਨੂੰ ਕਿਹਾ ਮੈਨੂੰ ਬਾਹਰ ਕੱਢ ਦੇ, ਮੈਂ ਜਰਾ ਖੁੱਲ੍ਹੀ ਵਾਇਆ ਜਾਣਾ। ਉਹਨੇ ਮੈਨੂੰ ਕੱਢਤਾ ਬਾਹਰ ਨਾ, ਇੱਕ ਦਰਖਤ ਸੀਗਾ ਪਿੱਪਲ ਦਾ, ਉਹਦੇ ਥੋੜ੍ਹਾ ਜਿਹਾ ਬਣਿਆ ਸੀ। ਮੈਂ ਉੱਥੇ ਬੈਠਾ ਸੀਗਾ ਅਤੇ ਮੇਰੇ ਮਨ ਨੇ ਸੋਚਿਆ ਵੀ ਵੇਖੋ ਸਾਰੀ ਜੇਲ੍ਹ ਬੰਦ ਆ, ਸਾਰੇ ਅੰਦਰ ਨੇ, ਇੱਕ ਮੈਨੂੰ ਬਾਹਰ ਕੱਢਿਆ ਹੋਇਆ ਵੀ ਮੈਂ ਕਚਹਿਰੀ 'ਚ ਨੌਕਰੀ ਕਰਨਾ ਉਹਦੇ ਕਰਕੇ। ਅਤੇ ਮੈਂ ਜਿਹੜਾ ਮਨ ਕਹਿੰਦਾ ਜੇ ਵੀ ਉਹ ਬਾਬਾ ਆ ਜੇ ਹਵਾਲਾਤ ਵਾਲਾ ਜਿਹਨੇ ਉੱਥੇ ਮੁਲਾਕਾਤਾਂ ਵਾਲੇ ਕਮਰੇ 'ਚ ਤੇਰੇ ਪਟੋਕੀ ਮਾਰੇ ਸੀ, ਫਿਰ ਮੈਂ ਸਾਰਾ ਦੇ ਬੰਦ ਵਾ, ਹੁਣ ਬਾਬੇ ਨੇ ਕਿੱਥੋਂ ਆ ਜਾਣਾ। ਜਾਂ ਮੈਂ ਸੱਜੇ ਪਾਸੇ ਨਾਲ ਮੂੰਹ ਕੀਤਾ ਅਤੇ ਬਾਬਾ ਜੀ ਉੱਧਰੋਂ ਆ ਗਏ, ਬਾਬਾ ਜੀ ਤੁਰਦੇ ਸੀ ਇਸ ਤਰ੍ਹਾਂ ਹੀ ਚੋਲਾ ਪਾਇਆ ਫਟਾਫਟ ਇੱਧਰ। ਜਾਂ ਮੈਂ ਵੇਖਿਆ ਮੈਂ ਫੁੱਟਬਾਲ ਵਾਂਗੂ ਉੱਪਰ ਨੂੰ ਗਿਆ, ਦੋ ਢਾਈ ਫੁੱਟ ਅਤੇ ਬੁੜਕ ਕੇ ਫਿਰ ਮੈਂ ਥੱਲੇ ਤੋਂ ਡਿੱਗਿਆ ਫਟਾਫਟ ਦੌੜ ਕੇ। ਮੈਂ ਆਪਣੇ ਅੰਦਰ ਚਲ ਗਿਆ ਬੈਰਕ 'ਚ ਅਤੇ ਉਹ ਵਾਰਡਰ ਕਹਿੰਦਾ ਕੀ ਹੋਇਆ, ਮੈਂ ਖੋਲ
ਅੰਦਰ ਕਰ ਤੂੰ ਮੈਨੂੰ। ਉਹ ਕਹਿੰਦੇ ਰਾਜਾ ਗੁਲਾਮ ਅੰਦਰ ਗਿਆ, ਜਾਂਦਿਆਂ ਫਿਫਟੀ ਬੱਧੀ ਪੱਗ ਬੱਧੀ ਮੁੜ ਕੇ ਐਨ ਟੈਨਸ਼ਨ ਸ਼ੀਸ਼ਾ ਵੇਖਿਆ ਬਿਲਕੁਲ ਠੀਕ। ਉਦੋਂ ਇਹਨਾਂ ਦਾ ਇੱਕ ਨਿਹੰਗ ਸਿੰਘ ਸੀਗਾ, ਉਹਦਾ ਨਾਂ ਸੀ ਗੁਰਦਿਆਲ ਸਿੰਘ। ਉਹ ਮੈਨੂੰ ਆਣ ਕਹਿੰਦਾ ਬਾਈ ਤਰਲੋਕ ਸਿੰਘ ਜੀ ਤੁਹਾਨੂੰ ਭਾਅ ਜੀ ਬੁਲਾਉਂਦੇ ਨੇ। ਉਹ ਆਪਣੇ ਆਪ ਨੂੰ ਸਰਦਾਰ ਫੌਜਾ ਸਿੰਘ ਜੀ ਬਾਬਾ ਨਹੀਂ ਕਹਿਣ ਦੇ, ਉਹ ਆਪਣੇ ਆਪ ਨੂੰ ਭਾਅ ਜੀ ਕਹਿੰਦੇ। ਮੈਨੂੰ ਕਹੋ ਫਿਰ ਮੈਂ ਖੁਸ਼ ਹੁੰਦਾ। ਜਿਹੜੀ ਮੇਰੀ ਘਰਵਾਲੀ ਆ ਉਹ ਵੀ ਮੈਨੂੰ ਗੁੱਸੇ ਹੁੰਦੀ ਆ ਵੀ ਤੂੰ ਬਾਬਾ ਨਹੀਂ ਬਣਨਾ, ਤੂੰ ਭਾਅ ਜੀ ਰਹਿਣਾ। ਅਤੇ ਕਹਿੰਦੇ ਮੈਨੂੰ ਬਾਬਾ ਨਹੀਂ ਕਹਿਣਾ। ਅਤੇ ਉਹ ਕਹਿੰਦੇ ਭਾਅ ਜੀ ਫੌਜਾ ਸਿੰਘ ਜੀ ਨਾ ਤਰਲੋਕ ਸਿੰਘ ਜੀ ਤੁਹਾਨੂੰ ਬੁਲਾਉਂਦੇ ਨੇ। ਮੈਂ ਯਾਰ ਉੱਥੇ ਉਹਨੇ ਮੈਨੂੰ ਪੱਗ ਬਣਾਈ ਸੀ, ਉੱਥੇ ਮੈਂ ਫੜਿਆ ਗਿਆ ਪਿੱਪਲ ਥੱਲੇ। ਪਤਾ ਨਹੀਂ ਰੱਬ ਜਾਣੇ ਵੀ ਨਿਹੰਗ ਸਿੰਘ ਕੀ ਕਰਦੇ ਨੇ, ਬਾਬਾ ਤਾਂ ਨਿਹੰਗ ਸਿੰਘ ਬਾਣੇ 'ਚ ਰਹਿੰਦਾ ਸੀ। ਅੱਛਾ ਮੈਂ ਚਲ ਗਿਆ, ਫਿਰ ਉਹਨਾਂ ਵੇਖ ਲਿਆ ਵੀ ਅਜੇ ਤਾਂ ਮੈਂ ਇੱਥੇ ਆਪਣੇ ਪਹੁੰਚਿਆ ਹੀ ਹਾਂ, ਇਹਨੇ ਜਾਂਦਿਆਂ ਫਿਰ ਪੱਗ ਬਣ ਲਈ ਹੈ, ਫਿਰ ਇਹਨੇ ਫਿਫਟੀ ਬਣ ਲਈ ਹੈ। ਫਿਰ ਕਹਿੰਦੇ ਮੈਂ ਤੇ ਇੱਥੇ ਬਹੁਤ ਖੁਸ਼ ਹਾਂ। ਕਰਦੇ ਕਰਦੇ ਨੇ ਉੱਥੇ ਰੌਲਾ ਪਾ ਗਿਆ, ਜੇਲ੍ਹ 'ਚ ਲੜਾਈ ਹੋ ਗਈ ਸਿਗਰਟਾਂ ਤੋਂ, ਸਿਗਰਟਾਂ ਦੀ ਦੁਕਾਨ ਤੋਂ। ਜਿਨ੍ਹਾਂ ਨੇ ਡੱਕਿਆ ਉਹਨਾਂ ਨੂੰ ਸਿਆਸਤਖਾਨੇ ਦੇ ਦਿੱਤਾ ਜੇਲ੍ਹ 'ਚ। ਜੇਲ੍ਹ ਜਿਹੜੇ ਅੰਦਰ ਬੰਦ ਇੱਕ ਹੋਰ ਹੁੰਦੀ ਆ ਉਹਨੂੰ ਸਿਆਸਤਖਾਨਾ ਕਹਿੰਦੇ, ਉਹ ਜਿਹਨਾਂ ਡੱਕਿਆ ਉਹਨਾਂ ਨੂੰ ਅੰਦਰ ਕਰਦਾ ਅਤੇ ਜਿਹੜੇ ਸਿਗਰਟਾਂ ਤੋਂ ਪੀਂਦੇ ਸੀ ਨਾ ਉਹਨਾਂ ਨੂੰ ਬਾਹਰ ਰਹਿਣ ਤਾ। ਇਹਨਾਂ ਨੂੰ ਕਿਸੇ ਨੇ ਦੱਸਿਆ ਜੀ ਉਹਦੇ ਤੁਹਾਡੇ ਗੁਆਂਢ ਕੇ ਰੋਟੀ ਖਾਂਦੇ ਆ ਨਾ, ਉਹਨਾਂ ਦੇ ਬੰਦੇ ਨੇ ਨਾਲ ਦੇ ਅਤੇ ਉਹਨਾਂ ਨੇ ਉਹ ਸਿਆਸਤਖਾਨੇ ਦੇ ਦਿੱਤੇ ਨੇ। ਕਹਿੰਦੇ ਹੋਇਆ ਕਿ ਕਹਿੰਦੇ ਜੀ ਉੱਥੇ ਕੋਈ ਸਿਗਰਟਾਂ ਖਰੀਦਦਾ ਸੀ ਅਤੇ ਉਹਨੇ ਕਿਹਾ ਪਰਾਂ ਹੋ ਜਾ ਅਤੇ ਉੱਥੇ ਉਹਦਾ ਝਗੜਾ ਹੋ ਗਿਆ। ਕਹਿੰਦਾ ਅੱਛਾ ਸਿਗਰਟਾਂ ਪੀਣ ਵਾਲੇ ਬਾਹਰ, ਜਿਹੜੇ ਕਹਿਣ ਵੀ ਸਿਗਰਟਾਂ ਨਾ ਜਾਂ ਇੱਥੇ ਨਾਂ ਵਿੱਚੋਂ ਇਹ ਸੌਦਾ ਲੈਣਾ ਉਹ ਸਿਆਸਤਖਾਨੇ 'ਚ। ਚਲੋ ਅੱਜ ਫੈਸਲਾ ਕਰਦੀ ਇਹਨਾਂ ਦਾ, ਮੈਂ ਸਿੱਖਾਂ ਲਈ ਵੱਖਰੀ ਜੇਲ੍ਹ ਪਵਾ ਦਿਆਂਗਾ। ਜਦੋਂ ਦਫ਼ਤਰ 'ਚ ਗਏ ਉਹ ਸਾਰੇ ਅਫਸਰ ਇਹਦੇ ਨਾ ਬਹੁਤ ਮਿਲਾਪ ਰੱਖਦੇ ਸੀ। ਕਹਿੰਦੇ ਤੁਸੀਂ ਸਾਨੂੰ ਦੱਸਣਾ ਸੀ, ਤੁਸੀਂ ਕੁੱਟਣਾ ਕਰਨਾ ਸੀ ਉਹਨਾਂ ਨੂੰ ਭਰਨਾ ਸੀ, ਤੁਸੀਂ ਕੀ ਚਾਹੁੰਦੇ ਜੀ? ਕਹਿੰਦੇ ਜਿਹੜੇ ਬੰਦੇ ਪਾਠ ਕਰਦੇ ਆ ਨਾ ਉਹਨਾਂ ਨੂੰ, ਜਿਹੜੇ ਤੁਹਾਡੇ ਸਿਗਰਟਾਂ ਪੀਣ ਵਾਲੇ ਲੰਗਰ ਪਕਾ ਕੇ ਦਿੰਦੇ ਆ ਉਹ ਨਹੀਂ ਉਹਨਾਂ ਨੇ ਖਾਣਾ। ਅਤੇ ਦੂਜਾ ਜਿੱਥੋਂ ਤੁਹਾਡੀਆਂ ਸਿਗਰਟਾਂ ਵਿਕਦੀਆਂ ਨੇ ਨਾ ਉੱਥੇ ਦੂਜਾ ਸੌਦਾ ਵਿਕਦਾ, ਜਿਹਨੇ ਸਿਗਰਟਾਂ ਵੇਚਣ ਵਾਲਾ ਹੱਥ ਦੂਜੇ ਸੌਦੇ ਨੂੰ ਲੜੋ ਉਹ ਨਹੀਂ ਮੈਂ ਲੱਗਣ ਦੇਣੇ। ਕਹਿੰਦੇ ਇਹ ਤਾਂ ਗੱਲ ਮੁੱਕਦੀ। ਕਹਿੰਦਾ ਜਿਨ੍ਹਾਂ ਨੇ ਉੱਥੇ ਕਿਹਾ ਉਹਨਾਂ ਨੂੰ ਸਿਆਸਤਖਾਨੇ ਦੇ ਦਿੱਤਾ, ਕਹਿੰਦੇ ਅਫਸਰ ਤਾਂ ਇਹੀ ਆ ਹੁਣ ਇਹ ਕੱਢ ਦਿੰਦੇ ਆ ਬਾਬਾ ਜੀ। ਉਹ ਸਾਰੇ ਅਫਸਰ ਨਾਲ ਫੜਾਫੜ ਆਏ ਉਹਨਾਂ ਨੂੰ ਉਹ ਸਿਆਸਤਖਾਨੇ 'ਚ ਉਹਨਾਂ ਨੂੰ ਕੱਢਿਆ ਅਤੇ ਮੁੜ ਕੇ ਬੈਰਕ 'ਚ ਆ ਗਏ। ਮੈਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਸਿੱਖੀ ਦਾ ਕਰ ਰਿਹਾ ਵਾਂ ਅਤੇ ਮੈਂ ਪੰਜਾਬ ਵਿੱਚੋਂ ਨਸ਼ੇ ਭਾਵੇਂ ਕੁੱਟ ਕੁੱਟ ਕੇ ਕੱਢਾਂ, ਪੰਜਾਬ 'ਚੋਂ ਨਸ਼ੇ ਕੱਢ ਦਿਆਂਗਾ। ਕਿਉਂਕਿ ਗੁਰੂ ਸਾਹਿਬਾਂ ਦਾ ਇਹਨਾਂ ਪੀਰਾਂ ਪੈਗੰਬਰਾਂ ਦਾ ਪੰਜਾਬ ਦੀ ਧਰਤੀ 'ਤੇ ਆਉਣਾ, ਸਵਰਗ ਬਣਾਉਣਾ। ਇਸ ਸਵਰਗ ਵਿੱਚ ਜਿਹੜੇ ਨਸ਼ੇ ਨੇ ਨਾ ਇਹ ਜ਼ਹਿਰ ਘੋਲ ਰਹੇ ਨੇ, ਨਸ਼ੇ ਲੋਕਾਂ 'ਚੋਂ ਮੈਂ ਹਟਾ ਦਿਆਂਗਾ। ਦਰਅਸਲ ਭਾਈ ਸਾਹਿਬ ਹਰ ਕਿਸਮ ਦੇ ਨਸ਼ੇ ਦੇ ਖਿਲਾਫ਼ ਸਨ। ਫਿਰ ਬਾਬਾ ਜੀ ਨੇ ਮੈਨੂੰ ਕਿਹਾ ਵੀ ਪਾਠ ਕਰਿਆ ਕਰੋ, ਅਤੇ ਪਾਠ ਕਰਨਾ ਵਾ ਮੈਨੂੰ ਖੁਸ਼ ਕਰਨ ਲਈ ਨਹੀਂ, ਪਾਠ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਸਮਝ ਕੇ ਕਰਨਾ। ਫਿਰ ਇਹਨਾਂ ਮੈਨੂੰ ਇੱਕ ਆਪਣੀ ਮਾਲਾ ਦਿੱਤੀ, ਕਹਿੰਦੇ ਜਿੰਨੇ ਮਣਕੇ ਨੇ ਉਨਾ ਮੂਲ ਮੰਤਰ ਕਰਨਾ। ਅਤੇ ਉਦੋਂ ਮੈਂ ਆਪਣੀ ਬੈਰਕ 'ਚ ਸੀਗਾ ਜੀ, ਮੈਂ ਜਿਉਂ ਲੱਗਾ ਮੂਲ ਮੰਤਰ ਕਰਨ ਸਾਰੀ ਰਾਤ ਹੀ ਲੰਘ ਗਈ। 4:30-4 ਵਜੇ ਤੱਕ ਮੇਰੇ ਕੋਲ ਮਾਲਾ ਦੇ ਮੂਲ ਮੰਤਰ ਪੂਰਾ ਹੋਇਆ। ਅਤੇ ਉਦੋਂ ਇਹਨਾਂ ਮੈਨੂੰ ਕਿਹਾ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਾ ਦਾਂਗਾ, ਪਰ ਮੂਲ ਮੰਤਰ ਨੂੰ ਧਿਆਨ ਨਾ ਕਰੀ, ਇੱਕ ਇੱਕ ਮਣਕੇ ਨਾ ਕਰੀ, ਇਹ ਮੇਰੀ ਆਪਣੀ ਮਾਲਾ ਹੈ। ਅਤੇ ਜਦੋਂ ਮੈਨੂੰ 4:30-4 ਵਜੇ ਉਹ ਮੂਲ ਮੰਤਰ ਦਾ ਪਿਆ ਭੋਗ ਤਾਂ ਮੈਂ ਸੁੱਤਾ। ਫਿਰ ਮੈਨੂੰ ਉਹਨਾਂ ਦੇ ਕਹਿਣ ਮੁਤਾਬਕ ਮੈਨੂੰ ਇਹ ਯਕੀਨ ਸੀ ਵੀ ਜੋ ਉਹਨਾਂ ਕਿਹਾ ਉਹ ਹੋ ਜਾਣਾ। ਫਿਰ ਮੈਨੂੰ ਦਰਸ਼ਨ ਹੋ ਗਏ, ਦਰਸ਼ਨ ਹੋ ਗਏ। ਫਿਰ ਮੈਨੂੰ ਸਵੇਰੇ ਉਹਨਾਂ ਨੇ ਬੁਲਾਇਆ, ਕਹਿੰਦੇ ਆਓ ਜਿਹੜਾ ਤੇਰੇ ਨੂੰ ਕੰਮ ਦਿੱਤਾ ਹੋਇਆ ਮੈਂ ਹੋਇਆ। ਕਹਿੰਦੇ ਉਹਨਾਂ ਦੇ ਕਿਤਰਾਂ ਦੇ ਨੇਤਰ ਸੀ, ਮੈਂ ਹਜੇ ਉਹਦੇ ਨੇਤਰਾਂ ਦੀ ਕੋਈ ਦੁਨੀਆਂ 'ਚ ਲਾਈਟ ਨਹੀਂ ਬਣੀ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਦੇ ਨੇਤਰਾਂ 'ਚ ਲਾਈਟ ਸੀ। ਕਹਿੰਦੇ ਬਿਲਕੁਲ ਠੀਕ, ਇਸ ਤਰ੍ਹਾਂ ਹੀ ਸੀ, ਬਿਲਕੁਲ ਇਸ ਤਰ੍ਹਾਂ ਹੀ ਸੀ। ਅਤੇ ਨਾਲੇ ਬੋਲਿਆ ਜੇ ਸੋ ਚੰਦਾ ਯੁੱਗ ਵੇ ਸੂਰਜ ਚੜੇ ਹਜ਼ਾਰ, ਬਾਬਾ ਜੀ ਬੋਲਦੇ ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਮੈਂ ਜੀ ਉਹ ਲਾਈਟ ਦੁਨੀਆਂ 'ਚ ਤਾਂ ਮੈਂ ਵੇਖੀ ਨਹੀਂ, ਜਿਹੜੀ ਲਾਈਟ ਮੈਨੂੰ ਉਸ ਵੇਲੇ ਉਹਨਾਂ ਦੀ ਆਈ ਸੀ। ਕਹਿੰਦੇ ਬਸ ਫਿਰ ਕੰਮ ਬਣ ਗਿਆ। ਫਿਰ ਜਿੰਨਾ ਚਿਰ ਮੈਂ ਜੇਲ੍ਹ 'ਚ ਰਿਹਾ ਮੈਂ ਉਹਨਾਂ ਦੇ ਲਾਗੇ ਰਿਹਾ। ਉੱਥੇ ਫਿਰ ਜੇ ਪਾਠ ਹੋਣਾ ਬੱਤੀ ਬੰਦ ਹੋ ਜਾਣੀ ਅਤੇ ਉਹਨਾਂ ਨੇ ਦੂਜੇ ਦੀ ਡਿਊਟੀ ਲਾ ਦੇਣੀ ਜਿਹਨੂੰ ਮੂੰਹ ਜਵਾਨੀ ਆਉਂਦਾ ਸੀ। ਜਦੋਂ ਲਾਈਟ ਫੇਰ ਆਈ ਨਹੀਂ ਫਿਰ ਕਹਿਣਾ ਹੁਣ ਇਹ ਪੜ੍ਹਿਆ ਹੈਗਾ। ਅਤੇ ਜਿਹੜੀ ਆਵਾਜ਼ ਸੀ ਨਾ ਮੇਰੀ ਥੋੜ੍ਹੀ ਭਾਰੀ ਸੀ ਅਤੇ ਉੱਚੀ ਸੀ, ਨਾਲ ਦੇ ਸੈੱਲ 'ਚ ਕਰਨਾ ਅਤੇ ਦੂਜੇ 'ਚ ਉਹਨਾਂ ਨੇ ਸੁਣਦੇ ਰਹਿਣਾ। ਜਿੱਥੇ ਸਿਹਰੀ ਬਿਹਾਰੀ ਔਂਕੜ ਦਰੰਕੜ 'ਤੇ ਕੋਈ ਖਤਰਾ ਪੈਣਾ ਕਹਿੰਦੇ ਮਨ ਬਾਹਰ ਜਾ ਚੁੱਕਾ ਜੇ। ਅਤੇ ਮੈਂ ਕਿਹਾ ਇਹ ਰੱਬ ਹੀ ਆ, ਬਾਣੀ ਤਾਂ ਮੈਂ ਇੱਥੋਂ ਗੁਟਕੇ 'ਤੇ ਪਾਂਡੇ, ਇਹਨਾਂ ਦੇ ਉੱਥੇ ਪਤਾ ਲੱਗ ਗਿਆ ਵੀ ਇਹਦਾ ਮਨ ਬਾਹਰ ਚੱਲ ਗਿਆ। ਫਿਰ ਜਦੋਂ ਉਹਨਾਂ ਸਿਮਰਨ 'ਤੇ ਬਹਿਣਾ ਅਤੇ ਉਹਨਾਂ ਦੇ ਮੋਤੀ ਬਣਨੇ ਅੱਖਾਂ 'ਚ, ਇੱਕ ਡਿੱਗਿਆ ਦੂਜਾ ਫਿਰ ਆਇਆ ਮੋਤੀ ਬਣਿਆ ਫਿਰ ਡਿੱਪਿਆ, ਇਤਨਾ ਡਿੱਗਦੇ ਕਰਦੇ ਮੈਂ ਵੇਖਦੇ ਰਹਿਣਾ ਅਤੇ ਮੇਰੇ ਮਨ 'ਚ ਆਇਆ ਵੀ ਰੋਂਦੇ ਕਿਉਂ ਨੇ। ਜਦੋਂ ਉਹਨਾਂ ਨੇ ਨੇਤਰ ਖੋਲ੍ਹੇ ਮੈਂ ਕਿਹਾ ਜੀ ਭਾਅ ਜੀ ਇਹ ਜਦੋਂ ਤੁਸੀਂ ਇਦਾਂ ਕਰਦੇ ਜੇ ਬੈਠੇ ਚੌਂਕ ਨੂਰ ਬੜਾ ਹੁੰਦਾ ਤੁਹਾਡੇ ਚਿਹਰੇ 'ਤੇ, ਪਰ ਤੁਸੀਂ ਰੋਂਦੇ ਕਿਉਂ ਜੇ? ਕਹਿੰਦਾ ਇਹ ਰੋਣ ਨੀਗਾ, ਇਹ ਵਿਰਾਗ ਵਾ, ਵਿਛੜਿਆ ਵਾਂ ਗੁਰੂ ਗੋਬਿੰਦ ਸਿੰਘ ਤੋਂ। ਉਹ ਜੇਲ੍ਹ ਦੇ ਸੁਪਰੀਡੈਂਟ ਡੈਪਟੀ ਵਗੈਰਾ ਸਾਰਿਆਂ ਨੇ ਕਿਹਾ
ਅਵਸਥਾ ਆਤਮਿਕ ਅਵਸਥਾ ਉਹਨਾਂ ਦੀ ਬਹੁਤ ਤਕੜੀ ਸੀ ਅਸੀਂ ਲੋਕ ਉਹਨਾਂ ਨੂੰ ਉਦੋਂ ਪਹਿਚਾਣ ਨਹੀਂ ਸਕੇ ਬਾਬੇ ਨੂੰ ਤਾਂ ਪਤਾ ਸੀਗਾ ਉਹਦੇ ਆਪ ਹੀ ਬ੍ਰਹਮ ਗਿਆਨੀ ਸੀ ਅਵਸਥਾ ਹੀ ਬੜੀ ਸੀ ਸਿਮਰਨ ਬੜਾ ਸੀ ਸੇਵਾ ਬੜੀ ਸੀ ਸਾਰੀ ਰਾਤ ਦਾ ਸਿਮਰਨ ਹੁੰਦਾ ਸੀਗਾ ਪੋਹ ਮਾਘ ਦਾ ਮਹੀਨਾ ਉੱਤੇ ਕਦੀ ਉਹਨਾਂ ਕੱਪੜਾ ਨਹੀਂ ਸੀ ਲਿਆ ਕਦੀ ਰਜਾਈ ਨਹੀਂ ਸੀ ਲਈ ਕਦੀ ਉਹਨਾਂ ਕੋਈ ਕੰਬਲ ਨਹੀਂ ਸੀ ਲਿਆ ਸਾਰੀ ਰਾਤ ਉਹਨਾਂ ਡੰਡ ਕਰਨੇ ਨਾਲ ਸਿਮਰਨ ਡਲਣਾ ਵਾਹਿਗੁਰੂ ਵਾਹਿ ਹਰ ਡੰਡ ਦੇ ਨਾਲ ਵਾਹਿਗੁਰੂ ਜੇਲ੍ਹ ਦੇ ਵਿੱਚ ਜਿੰਨੇ ਵੀ ਸੀ ਨਾ ਬੰਦੇ ਉਹਨਾਂ ਸਾਰਿਆਂ ਨੂੰ ਵਾਪਸ ਆ ਕੇ ਅੰਮ੍ਰਿਤ ਛਕਿਆ ਸੈਕਿੰਡਲੀ ਜੇਲ੍ਹ ਦੇ ਵਿੱਚ ਜੇਲ੍ਹ ਵਿੱਚ ਆਮ ਕਿਸੇ ਨੂੰ ਵੜਨ ਨਹੀਂ ਦਿੰਦੇ ਉਹ ਕੋਥੇ ਉੱਥੇ ਕੋਈ ਨਾ ਕੀਰਤਨ ਦੇ ਪ੍ਰੋਗਰਾਮ ਰੱਖੇ ਅਤੇ ਦੋ ਤਿੰਨ ਵਾਰੀ ਅਸੀਂ ਕੀਰਤਨ ਕਰਨ ਗਏ ਉੱਥੇ ਜੱਥੇ ਦੇ ਸਿੰਘ ਵੀ ਇੱਕ ਵਾਰੀ ਅਮਰੀਕਨ ਸਿੰਘ ਵੀ ਸਾਰੇ ਗਏ ਅਤੇ ਉਹਨਾਂ ਦੇ ਕਰੈਕਟਰ ਇਹੋ ਜਿਹਾ ਸੀ ਜਿਸ ਕਰਕੇ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਹੁੰਦਾ ਸੀ ਵੀ ਕੋਈ ਗੱਲ ਨਹੀਂ ਜੇਲ੍ਹ ਅੰਦਰ ਉਹਨਾਂ ਨੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਆਪਣਾ ਸਮਾਂ ਹੀ ਨਹੀਂ ਗੁਜ਼ਾਰਿਆ ਸਗੋਂ ਗੁਰਬਾਣੀ ਉਪਦੇਸ਼ ਦੁਆਰਾ ਹੋਰਨਾਂ ਕੈਦੀਆਂ ਦਾ ਵੀ ਜੀਵਨ ਬਦਲ ਦਿੱਤਾ ਕਹਿੰਦੇ ਜੇਲ੍ਹ ਵਿੱਚ ਰਹਿੰਦਿਆਂ ਰਹਿੰਦਿਆਂ ਅਗਰ ਇੱਕ ਵੀ ਸਿੱਖ ਬਣ ਗਿਆ ਤਾਂ ਮੇਰੀ ਜੇਲ੍ਹ ਯਾਤਰਾ ਸਫਲ ਹੋ ਜਾਏਗੀ ਮੈਂ ਜੀ ਤੁਸੀਂ ਤਾਂ ਕਤਲ ਕੀਤਾ 20 ਸਾਲਾਂ ਦੀ ਸਜ਼ਾ ਵਾ ਅਤੇ ਯਾਤਰਾ ਦਾ ਕਿ ਮਤਲਬ ਤੀਰਥ ਕਰਨ ਜਾਈਏ ਫਿਰ ਯਾਤਰਾ ਹੁੰਦੀ ਹੈ ਕਹਿੰਦੇ ਨਹੀਂ ਸਿੱਖ ਜਿੱਥੇ ਚਲ ਜਾਓ ਉੱਥੇ ਯਾਤਰਾ ਹੁੰਦੀ ਕਹਿੰਦੇ ਰੋਜ਼ ਤਰੀਕਾਂ ਹੁੰਦੀਆਂ ਤੁਹਾਡੀਆਂ ਮੈਂ ਹਾਂਜੀ ਕਹਿੰਦੇ ਕਿੰਨੀਆਂ ਕੁ ਨੇ ਮੈਂ 40-45 ਨੇ ਜੀ ਹੈਂ ਕੋਈ ਧਰਮ ਦੀ ਵੀ ਲੜਾਈ ਕੀਤੀ ਆ ਕਿ ਦੂਜੀ ਮੈਂ ਨਿੱਜੀ ਆ ਪਿੰਡ ਦੇ ਲੋਕ ਵੱਡੇ ਵੱਡੇ ਆ ਕੋਈ ਸ਼ਹਿਰ 'ਚ ਲੜਾਈਆਂ ਕੀਤੀਆਂ ਨੇ ਜਿੱਧਰ ਨੂੰ ਜਾਓ ਹੁਣ ਤਾਂ ਬਸ ਇਤਰਾਂ ਸਲਾਮਾਂ ਹੀ ਹੁੰਦੀਆਂ ਨੇ ਸਲਾਮਾਂ ਕਹਿੰਦੇ ਇਹ ਤਾਂ ਗਲਤ ਨੇ ਸਲਾਮਾਂ ਕੰਮ ਲੜਾਈ ਕਰਨੀ ਆ ਧਰਮ ਦੀ ਭਾਵੇਂ ਸਾਰੀ ਜ਼ਿੰਦਗੀ 'ਚ ਇੱਕੋ ਹੀ ਹੋ ਜੇ ਬਹੁਤੀਆਂ ਕਰਨ ਦੀ ਲੋੜ ਨਹੀਂ ਅਤੇ ਜਿਹੜਾ ਹਾਕਮ ਆ ਨਾ ਇਹ ਤਾਂ ਬੰਦ ਏ ਵੀ ਨਾ ਦਾੜੀ ਬਣਾਉਣੀ ਨਾ ਮੁੱਛ ਅਤੇ ਨਾ ਸਿਰ ਫਿਰ ਉਹਨੇ ਮੈਨੂੰ ਪਾਠ ਸਿਖਾਉਣਾ ਸ਼ੁਰੂ ਕੀਤਾ ਪਾਠ ਸ਼ੁੱਧ ਕਰਾਉਣਾ ਸ਼ੁਰੂ ਕੀਤਾ ਲੈਕਚਰ ਕਰਾਉਣੇ ਸ਼ੁਰੂ ਕਰਤੇ ਫਿਰ ਅਖੰਡ ਕੀਰਤਨੀ ਜਥੇ ਦੇ ਅੰਦਰ ਸਿੰਘਾਂ ਨੂੰ ਸੱਦ ਕੇ ਅਮਰੀਕਾ ਦੇ ਨੂੰ ਸੱਦ ਕੇ ਮਾਸਟਰ ਨਰਜਿੰਦਰ ਸਿੰਘ ਜੀ ਇੱਥੇ ਸੀਗੇ ਗੁਰਦਾਸਪੁਰ ਸਾਡੇ ਮਿਹਰ ਚੰਦਰ ਰੋਡ 'ਤੇ ਉਹਨਾਂ 'ਤੇ ਉਹਨਾਂ ਦਾ ਆਉਣ ਜਾਣ ਬਹਿਣ ਖਲੋਣ ਖਾਣ ਪੀਣ ਸੀਗਾ ਉੱਥੋਂ ਮੇਰੇ ਲਈ ਨਾ ਚੋਲਾ ਬਣਵਾ ਕੇ ਉਹਨਾਂ ਦੇ ਘਰ ਵਾਲਿਆਂ ਨੂੰ ਕਹਿ ਕੇ ਭੈਣ ਜੀ ਨੂੰ ਅਤੇ ਮੇਰੇ ਲਈ ਮੰਗਾ ਤਾ ਕਛਹਿਰੇ ਮੰਗਾ ਤੇ ਉਹ ਮੈਨੂੰ ਪਵਾ ਤੇ ਆਪ ਉਹਨਾਂ ਮੈਨੂੰ ਉੱਥੇ ਪੱਗ ਬੰਨ੍ਹਤੀ ਜਦੋਂ ਲੈਕਚਰ ਪ੍ਰਚਾਰ ਜਾਂ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਸੀ ਅਤੇ ਉਹਨਾਂ ਨੇ ਇੱਕ ਨਾ ਡੰਡਾ ਰੱਖਿਆ ਸੀ ਬਾਹਰ ਲੰਮਾ ਜਿਹਾ ਜਿਹਨੂੰ ਉੱਥੇ ਵਾਸੀਆਂ ਆਉਣੀਆਂ ਕਹਿੰਦੇ ਤੈਨੂੰ ਕੱਲ੍ਹ ਜਗ ਨੇ ਘੇਰ ਲਿਆ ਉਹਦੇ ਸਿਰ 'ਤੇ ਉਹਨਾਂ ਉਹ ਡੰਡਾ ਲਾ ਦੇਣਾ ਸਾਵਧਾਨ ਹੋ ਕੇ ਬਹਿ ਤਾਂ ਸੁਣੋ ਗੁਰੂ ਅਰਜਨ ਸਾਹਿਬ ਦੀ ਬਾਣੀ ਸੁਖਮਣੀ ਸਾਹਿਬ ਉਹਨਾਂ ਨਾਲ ਰਾਸ਼ਟਰਪਤੀ ਪੜ੍ਹਨੀ ਸਾਰੀ ਨਾਲੇ ਉਹਦੇ ਅਰਥ ਕਰ ਅਤੇ ਸਾਨੂੰ ਲੱਗੇ ਬਾਬਾ ਜੀ ਨਾ ਬਹੁਤ ਗਾਂਹ ਦੀ ਚੀਜ਼ ਵਾ ਉਹਨਾਂ ਨੇ BSC ਕੀਤੀ ਸੀ ਇੰਸਪੈਕਟਰ ਲੱਗੇ ਸੀ ਜੋ ਮੂੰਹ ਵਜਨ ਕਰਦੇ ਸੀ ਉਹ ਪੂਰੇ ਹੁੰਦੇ ਸੀ ਸਾਰਾ ਜੇਲ੍ਹ ਦੇ ਅਫਸਰ ਸਾਰੇ ਉਹਦੇ ਉਹਨੂੰ ਕਦੀ ਬੰਦ ਨਹੀਂ ਸੀ ਬਾਬਾ ਜੀ ਨੂੰ ਕਰਦੇ ਉਹਨੂੰ ਸਜ਼ਾ ਵੀ ਹੋ ਗਈ ਉਹਨੇ ਫੈਸਲਾ ਪਹਿਲਾਂ ਹੀ ਕਰਤਾ ਸੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਅਸੀਂ ਉਹ ਬੰਦਾ ਮਾਰਿਆ ਉਹਨਾਂ ਦਾ ਸਾਨੂੰ ਸਜ਼ਾ ਜ਼ਰੂਰ ਦਵਾਇਆ ਤਾਂ ਕਿ ਉਹਨਾਂ ਦੇ ਮਨਾਂ ਨੂੰ ਠੰਡ ਪੈ ਜਾਵੇ ਅਤੇ ਉਹਨਾਂ ਦੇ ਘਰ ਕੱਪੜੇ ਭੇਜਣੇ ਉਹਨਾਂ ਦੇ ਘਰ ਪੈਸੇ ਭੇਜਣੇ ਉਹਦੇ ਘਰ ਦਾਣੇ ਭੇਜਣੇ ਜਿਹਨਾਂ ਦਾ ਬੰਦਾ ਮਾਰਿਆ ਹੋਇਆ ਸੀ ਬ੍ਰਹਮਪੁਰ 'ਚੋਂ ਬੜਾ ਮੰਨਿਆ ਬਦਮਾਸ਼ ਸੀ ਕਹਿੰਦੇ ਮਾਰੇ ਤਾਂ ਅਹਾਂ ਉਹ ਆਪਣੇ ਬੱਚੇ ਪਾਲਦਾ ਇਸ ਤਰ੍ਹਾਂ ਪਾਲਦੇ ਉਹਦੇ ਬੱਚਿਆਂ ਨੂੰ ਪਾਲਣਾ ਸਾਡੀ ਡਿਊਟੀ ਆ ਇੱਕ ਦਿਨ ਗਈ ਤਾਂ ਕਹਿੰਦੇ ਵੀ ਇਹ ਬੰਦਾ ਜਿਹੜਾ ਬੁੱਢਾ ਜਿਹਾ ਨਾ ਇਹਨੂੰ ਇੱਕ ਇਹਨਾਂ ਦਾ ਇਹਨੂੰ ਕੁੱਟ ਦਿੱਤਾ ਇੱਕ ਨੌਜਵਾਨ ਬੰਦੇ ਨੇ ਅਤੇ 6 ਮਹੀਨੇ ਦੀ ਕੈਦ ਹੋ ਜਾਣੀ ਮੈਂ ਕਿਹਾ ਤੁਸੀਂ ਇੰਝ ਕਰੋ ਤੁਸੀਂ ਇਹਨੂੰ ਸਮਝਾਓ ਮਾਫ਼ੀ ਮੰਗ ਲੈ ਕਿ ਜਨਾਨੀ ਤਾਂ ਰੋਂਦੀ ਤੁਰੀ ਆਉਂਦੀ ਹੈ ਇਹ 6 ਮਹੀਨੇ ਦੀ ਕੈਦ ਨਾ ਇਹਨੂੰ ਹੋਵੇ ਜੇ ਵੱਧ ਤੋਂ ਵੱਧ ਬਹੁਤ ਨੇ ਉਹਨੂੰ ਤਸੱਲੀ ਹੁੰਦੀ ਤਾਂ ਇਹਦਾ ਮੂੰਹ ਕਾਲਾ ਕਰ ਦਿਓ ਅਤੇ ਉਹ ਬੁੱਢੇ ਨੂੰ ਤਸੱਲੀ ਹੋ ਜਾਏਗੀ ਭੈਣਾਂ ਨੇ ਕੁੱਟਿਆ ਤਾਂ 6 ਮਹੀਨੇ ਬੰਦੇ ਦੀ ਕੈਦ ਨਹੀਂ ਵਧੇਗੀ ਉਹ ਸੌ ਕਿਤੇ ਮੰਨੇ ਇਹਨਾਂ ਨੇ ਸਵੇਰੇ ਸਵੇਰੇ ਉੱਠ ਕੇ ਅਤੇ ਆਪਣਾ ਮੂੰਹ ਕਾਲਾ ਕੀਤਾ ਆਪਣਾ ਮੂੰਹ ਕਾਲਾ ਕਰਕੇ ਅਤੇ ਸਾਰੀਆਂ ਬੈਰਕਾਂ ਵਿੱਚੋਂ ਉਹਦੀ ਥਾਂ 'ਤੇ ਮਾਫ਼ੀ ਮੰਗਦੇ ਮੰਗਦੇ ਉਹ ਕਿੰਨੇ ਸਿੰਘ ਵਿੱਚ ਗੁਰਦੀਪ ਸਿੰਘ ਹੁੰਦਾ ਸੀ ਕਹਿੰਦੇ ਸੀ ਬੀਬੀ ਜੀ ਅਸੀਂ ਬੜੇ ਮਗਰ ਇਹਨਾਂ ਦੇ ਦੌੜੇ ਅਸੀਂ ਇਹਨੂੰ ਫੜ ਨਹੀਂ ਸਕੇ ਅਤੇ ਉਹ ਸਾਰੀਆਂ ਬੈਰਕਾਂ 'ਚੋਂ ਮਾਫ਼ੀ ਮੰਗ ਕੇ ਅਤੇ ਆਪਣੇ ਜਿਹੜੀ ਇਹਨਾਂ ਦੀ ਬੈਰਕ ਸੀ ਉੱਥੇ ਪਹੁੰਚ ਗਿਆ ਅਤੇ ਮੈਨੂੰ ਵੀ ਸ਼ਿਕਾਇਤ ਕੀਤੀ ਉਹਨਾਂ ਨੇ ਵੀ ਇਹਨਾਂ ਨੇ ਫੌਜਾ ਸਿੰਘ ਹੋਰਾਂ ਨੇ ਇੰਝ ਕੁਝ ਕੀਤਾ ਮੈਂ ਕਿਹਾ ਤੁਸੀਂ ਇਹ ਕੋਈ ਕੁਛ ਕੀਤਾ ਉਹ ਮੈਨੂੰ ਕਹਿੰਦੇ ਅੰਮ੍ਰਿਤ ਜੀ ਤੂੰ ਆਪੇ ਤਾਂ ਕਹਿ ਗਈ ਸੀ ਵੀ ਇਹਦੀ 6 ਮਹੀਨੇ ਦੀ ਕੈਦ ਜਿਹੜੀ ਨਾ ਵਧਣ ਦੇਵੇ ਉਹਨੇ ਉਹ ਮਾਫ਼ੀ ਨਾ ਮੰਗੇ ਅਤੇ ਨਾ ਮੂੰਹ ਕਾਲਾ ਕਰੇ ਅਤੇ ਫਿਰ ਮੈਂ ਉਹਦੀ ਥਾਂ 'ਤੇ ਮਾਫ਼ੀ ਮੰਗਣੀ ਸੀ ਭਾਈ ਸਾਹਿਬ ਜ਼ਮਾਨਤ 'ਤੇ ਰਿਹਾ ਹੋਣ ਤੋਂ ਬਾਅਦ ਜਦ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਫਿਰ ਤੋਂ ਧਰਮ ਕਰਮ ਵਿੱਚ ਜੁਟ ਗਏ ਸ਼ਰਨ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਅਤੇ ਭਾਈ ਸਾਹਿਬ ਵੀ ਨਾਮ ਬਾਣੀ ਸੇਵਾ ਅਤੇ ਪ੍ਰਚਾਰ ਵਿੱਚ ਹੋਰ ਪਰਪੱਕ ਹੁੰਦੇ ਗਏ ਫਿਰ ਉਹਨਾਂ ਦਾ ਧਿਆਨ ਭੰਗ ਕੀਤਾ ਕੁਝ ਪੰਥ ਦੋਖੀ ਤਾਕਤਾਂ ਨੇ ਜੋ ਸਰਕਾਰੀ ਸ਼ਹਿ 'ਤੇ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਨ ਸੰਨ 1978 ਵਿਸਾਖੀ ਦਾ ਦਿਹਾੜਾ
भाई साहब अमृत वेले दरबार साहिब नतमस्तक होने ले पहुंचे। इस दौरान उन्हां दी मुलाकात डॉक्टर सुरेंद्र सिंह जी नाल हुई। डॉक्टर सुरेंद्र सिंह जी ने भाई साहब नूं बेनती करदिआं कहा, भाई साहब जी तुसीं एक दो दिन अमृतसर तों बाहर चले जाओ, पंथ नूं तुहाडी बहुत जरूरत है। भाई साहब फौजा सिंह जी कहण लगे, डॉक्टर साहब जी मैं विसाखी दे समागम करके संगत दे दर्शन ते सेवा कर ली ते आया हाँ, ते जाण नूं मन नहीं करदा। डॉक्टर सुरेंद्र सिंह जी ने कहा, मैनू पता सी तुसी मेरी गल नहीं मननी, पर फिर भी वक्त विचारना चाहिदा है। भाई साहब ने कहा, यह सब मेरे ध्यान विच ल्याउण दे लई तुहाडा बहुत शुक्रिया, पर यह दिन सेवा करन लई बड़े चंगे कर्मां नाल मिलिया है। उन्हां दिनां विच निरंकारी आया हुआ सी अमृतसर विच। निरंकारी ने कहा, मैं गुरु गोबिंद सिंह नालों वड्डा हाँ, और सारे सुनते पे सीगे। उन्हें पंज बनाए सी प्यारे, ते मैं सत बनाए ने प्यारे। वो कह के निकल गया। भाई जरनैल सिंह ने एक स्नेह भेजा सानू, समागम चलता सी इत्थे अमृतसर साडा, ਉਹਦੇ 'ਚ ਭਾਈ ਫੌਜਾ ਸਿੰਘ ਆਟਾ ਗੁੰਨ ਰਹੇ ਸੀ। ਆਟਾ ਗੁੰਨਦਿਆਂ ਗੁੰਨਦਿਆਂ ਹੀ ਉਹਨਾਂ ਨੂੰ ਸੱਦ ਕੇ ਅਤੇ ਲੈ ਗਏ ਵੀ ਉੱਥੇ ਜਾਣਾ ਹੈ, ਨੰਕਾਰੀਆਂ ਦਾ ਨਗਰ ਉਹ ਨਿਕਲਣ ਡਿਆ ਜਲੂਸ, ਅਤੇ ਉੱਥੇ ਜਾਣਾ ਆਪਾਂ ਸਾਰਿਆਂ ਨੇ। ਅਤੇ ਉਹ ਉੱਥੋਂ ਉੱਠ ਕੇ ਫਿਰ ਉਹ ਚਲੇ ਗਏ। ਗਰਮੀ ਦੀ ਬਹਾਰ ਹੈ, ਨੰਗੇ ਪੈਰ ਤੁਰ ਪਏ। ਅੱਗੋਂ ਭਾਈ ਜਰਨੈਲ ਸਿੰਘ ਕਹਿੰਦਾ, ਮੈਨੂੰ ਸੰਗਤ ਨਹੀਂ ਜਾਣ ਦਿੰਦੀ, ਮੇਰੀ ਸੰਗਤ ਜਿਹੜੀ ਉਹ ਕਹਿੰਦੀ ਤੂੰ ਨਹੀਂ ਜਾ ਸਕਦਾ, ਮੈਨੂੰ ਸੰਗਤ ਦਾ ਭਾਣਾ ਮੰਨਣਾ ਪੈਣਾ, ਹੁਕਮ ਮੰਨਣਾ ਪੈਣਾ ਉਹਨਾਂ ਦਾ। ਫਿਰ ਅਸੀਂ ਦੋ ਕੁ ਸਿੰਘ ਮੇਰੇ ਨਾਲ ਲੈ ਜਾਓ, ਇਹ ਬੰਦੂਕਧਾਰੀ ਨੇ ਸਾਡੇ ਅਖੰਡ ਕੀਰਤਨੀ ਜਥੇ ਦੇ ਇਹ ਭਾਈ ਫੌਜਾ ਸਿੰਘ ਮੁਖੀ ਬਣਾ ਦਿੱਤੇ, ਸੰਤ ਜਰਨੈਲ ਸਿੰਘ ਦੇ ਪਿੰਡਾਂ ਵਾਲਿਆਂ ਦੇ ਉਹਨਾਂ ਨੇ ਆਪਣੇ ਮੁਖੀ ਬਣਾ ਦਿੱਤਾ। ਇਸ ਤਰ੍ਹਾਂ ਕਰਕੇ ਤਿੰਨ ਚਾਰ ਜਥੇਦਾਰ ਬਣਾ ਕੇ ਉਹਨਾਂ ਕੋਲ ਵੀਹ ਪੰਜੀ ਪੰਜੀ ਸਿੰਘ ਦੇ ਕੇ, ਅਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਸਿਰਫ ਗੁਰੂ ਮਹਾਰਾਜ ਦਾ ਨਾਰਾ ਜਿਹੜਾ ਬੋਲੇ ਸੋਨਿਆਲ ਦਾ ਨਾਰਾ ਲਾਉਣਾ, ਅਤੇ ਬਾਕੀ ਜਿਹੜਾ ਵਾ ਰਸਤੇ ਵਿੱਚ ਸ਼ਬਦ ਕੀਰਤਨ ਕਰਦੇ ਹੋਏ ਜਾਣਾ, ਕਿਸੇ ਦੇ ਖਿਲਾਫ ਕੋਈ ਵੀ ਨਹੀਂ ਕਹਿਣਾ, ਇਹ ਸੰਤ ਪਿੰਡਾਂ ਵਾਲਿਆਂ ਨੇ ਸ਼ਬਦ ਕਹੇ। ਗਰਮੀ ਇੰਨੀ ਜ਼ਿਆਦਾ ਕਿ ਸੜਕਣ ਅੱਗ ਲੱਗੇ ਸਮਝੋ, ਪੈਰ ਸੜਦੇ ਸਨ, ਲੇਕਿਨ ਫਿਰ ਵੀ ਉਹ ਤੁਰੇ ਗਏ ਨੰਗੇ ਪੈਰੀ। ਅਤੇ ਮੈਂ ਨਾਲ ਦੌੜੀ ਜਾ ਰਹੀ, ਇੱਕ ਬੀਬੀ ਨੇ ਪਿੱਛੋਂ ਬਾਂਹ ਫੜ ਲਈ, ਕਿਉਂਕਿ ਸਟੇਜ 'ਤੇ ਅਨਾਊਂਸਮੈਂਟ ਵੀ ਹੋਈ ਸੀ, ਬੀਬੀਆਂ ਬੱਚੇ ਬਜ਼ੁਰਗ ਸਭ ਬੈਠੇ ਰਹਿਣ, ਅਤੇ ਨੌਜਵਾਨ ਸਾਰੇ ਉੱਠ ਕੇ ਚੱਲਦੇ। ਉਹ ਬੀਬੀ ਨੂੰ ਵੀ ਕਹਿੰਦੀ ਵੀ ਸਟੇਜ 'ਤੇ ਪੁੱਛ ਕੇ ਚੱਲਦੇ ਹਾਂ, ਸਟੇਜ 'ਤੇ ਪੁੱਛ ਕੇ ਚੱਲਦੇ ਹਾਂ। ਸਟੇਜ 'ਤੇ ਪੁੱਛਣਾ ਕੀ ਸੀ, ਮੈਂ ਫਿਰ ਕਿਹਨਾਂ ਦਾ ਉਹ ਤੁਰ ਗਿਆ, ਅਸੀਂ ਮਗਰ ਮਗਰ ਦੌੜੀਆਂ, ਲੱਭਦੇ ਲੰਬਾਉਂਦੇ ਅਸੀਂ ਸੰਤ ਪਿੰਡਾਂ ਵਾਲਾ ਜਿੱਥੇ ਬੈਠਾ ਸੀ ਨਾ, ਬਣੇ ਨਾ ਸਰਾਵਾਂ, ਉਹਦੇ 'ਚ ਕਿਸੇ ਹਾਲਤ ਬੈਠਾ ਸੀ। ਭਾਈ ਅਮਰੀਕ ਸਿੰਘ ਦੇ ਲਾਗੇ ਕੰਨ ਪਾਈ ਸੀ, ਅਤੇ ਸੰਤ ਜਰਨੈਲ ਸਿੰਘ ਬੜੇ ਆਰਾਮ ਨਾਲ ਉੱਥੇ ਬੈਠੇ ਸੀ। ਮੈਂ ਪਹੁੰਚ ਗਈ ਉੱਥੇ, ਅਤੇ ਮੈਨੂੰ ਕਹਿੰਦੇ ਬੀਬਾ ਜੀ ਚਲੋ ਬਸ ਡੱਕ ਕੇ ਜਾਂਦੇ ਪਏ ਨੇ। ਮੈਂ ਫਿਰ ਥੋੜ੍ਹਾ ਕਿੰਨਾ ਔਖੀ ਉੱਠ, ਮੈਂ ਬਾਬਾ ਜੀ ਅੱਜ ਨਹੀਂ, ਉਹਨਾਂ ਨੇ ਵਾਪਸ ਉਹਨਾਂ ਦੱਸਿਆ ਜੋ ਹੋਇਆ ਸੀ। ਨਹੀਂ ਬੀਬਾ ਜੀ ਚਲੋ ਬਸ ਉਹਨਾਂ ਨੇ ਨੰਕਾਰੀ ਨੂੰ ਡੱਕ ਕੇ ਤੁਰਿਆ ਨਾ। ਮੈਂ ਕਿਹਾ ਬਾਬਾ ਜੀ ਅੱਜ ਨਹੀਂ ਵਾਪਸ ਆਉਣਾ। ਉੱਥੇ ਜਾ ਕੇ ਫਿਰ ਜਦੋਂ ਅਜੇ ਪਹੁੰਚਿਆ, ਉੱਥੇ ਕਿਲੇ ਤੋਂ ਪਿੱਛੇ ਹੀ ਸਾਂ ਜਿਹੜਾ ਉੱਚਾ ਪੁਲਿਆ, ਉਹਦੇ ਲਾਗੇ ਪਹੁੰਚਿਆ, ਅਤੇ ਉਹਨਾਂ ਨੂੰ ਰੋਕ ਕੇ ਆਇਆ ਇਹਨਾਂ ਨੂੰ ਵੀ ਨਹੀਂ ਅੱਗੇ ਨਹੀਂ ਜਾਣਾ। ਉਹਨਾਂ ਦੀ ਫੋਰਸ ਸੀਗੀ ਨਿਰੰਕਾਰੀਆਂ ਦੀ, ਉਹਨਾਂ ਦੇ ਕੋਲ ਪੱਕੀਆਂ ਡਾਂਗਾਂ ਹਨ, ਉਹਦੇ 'ਤੇ ਨੰਬਰ ਲੱਗੇ, ਵਰਦੀ ਪਾਈ, ਖਾਕੀ, ਹਰ ਇੱਕ ਨੇ, ਮਤਲਬ ਉਹ ਡਾਂਗਾਂ ਨਾਲ ਖੜ੍ਹੇ ਸਨ ਸਾਰੇ। ਰੁਕ ਕੇ ਫਿਰ ਉਹਨਾਂ ਨੇ ਇਹਨਾਂ ਨੇ ਉਹਨਾਂ ਨੂੰ ਨਹੀਂ ਰੁਕੇ, ਇਹਨਾਂ ਨੇ ਕਿਹਾ ਵੀ ਅਸੀਂ ਜਾਣਾ ਅੱਗੇ। ਉੱਥੇ ਇਹਨਾਂ ਦੀ ਤੂੰ ਤੂੰ ਮੈਂ ਹੋਈ ਆ, ਇਹਨਾਂ ਰੋਕਿਆ, ਫਿਰ ਉਹਨਾਂ ਨੇ ਪਥਰਾਅ ਸ਼ੁਰੂ ਕਰਤਾ, ਲਾਠੀ ਚਾਰਜ ਇਹਨਾਂ ਨੇ, ਫਿਰ ਇਹਨਾਂ ਨੇ ਵੀ ਪਥਰਾਅ ਕੀਤਾ ਉਹਨਾਂ ਦੇ ਬਰਾਬਰ, ਅਤੇ ਇਹ ਉਹਨਾਂ ਚਿਰ ਵੱਧਦੇ ਗਏ। ਹੁਣ ਜਦੋਂ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਭੇਜ ਜਾਂਦੀ, ਅੱਗੇ ਵੱਧਦੇ ਆਉਂਦੇ ਨੇ, ਫਿਰ ਉਹਨਾਂ ਨੇ ਨਾਲ ਹੀ ਉਸੇ ਵੇਲੇ ਉਹਨਾਂ ਨੇ ਤੇਜ਼ਾਬ ਦੀਆਂ ਬੋਤਲਾਂ ਸੀ, ਉਹਨਾਂ ਤੇਜ਼ਾਬ ਦੀਆਂ ਬੋਤਲਾਂ ਦਾ ਇੱਕਦਮ ਫਿਰ ਇੱਕ ਕਿਸਮ ਦਾ ਮੀਂਹ ਵਰਾਤਾ। ਤੇਜ਼ਾਬ ਦੀਆਂ ਬੋਤਲਾਂ ਆ ਕੇ ਠਾਹ ਠਾਹ ਵੱਜਣਾ ਸ਼ੁਰੂ ਵੱਜਣੀਆਂ ਸ਼ੁਰੂ ਹੋ ਗਈਆਂ। ਕਾਫੀ ਸਿੰਘਾਂ ਦੇ ਕੱਪੜਿਆਂ ਦੇ ਉੱਤੇ, ਕਿਸੇ ਦੇ ਲੱਤਾਂ 'ਤੇ, ਕਿਉਂਕਿ ਚੋਲੇ 'ਚ ਸੀ ਸਾਰੇ, ਨੰਗੇ ਪੈਰ ਸੀ, ਇਸ ਕਰਕੇ ਸੜਕ ਦੇ ਉੱਤੇ ਕੱਚ ਕੱਚ ਔਰ ਤੇਜ਼ਾਬ ਹੀ ਤੇਜ਼ਾਬ ਹੋ ਗਿਆ। ਨਾਲੇ ਉਸੇ ਵੇਲੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਫਾਇਰਿੰਗ ਸ਼ੁਰੂ ਹੋ ਗਈ, ਉੱਥੋਂ ਦੇ DSP ਨੇ, ਉਹਦੇ ਘਰ ਰਿਵਾਲਵਰ ਸੀਗਾ, ਉਹਨੇ ਫੌਜ ਦੀ ਅੱਖ ਵਿੱਚ ਗੋਲੀ ਮਾਰੀ। ਭਾਈ ਸਾਹਿਬ ਡਿੱਗ ਗਏ, ਫਿਰ ਉੱਠੇ। ਭਾਈ ਸਾਹਿਬ ਨੇ ਆਪਣੇ ਦੁਮਾਲੇ ਦੇ ਲੜ ਨਾਲ ਆਪਣੀ ਅੱਖ ਨੂੰ ਟੱਕਿਆ,
ਤੇ ਢਾਲ ਅਤੇ ਕਿਰਪਾਨ ਲੈ ਕੇ ਉੱਠ ਕੇ ਉੱਚੀ ਸੁਰ ਵਿੱਚ ਸਿੰਘਾਂ ਨੂੰ ਕਿਹਾ, ਸਿੰਘੋ ਹੁਣ ਸ਼ਹੀਦਾਂ ਦਾ ਸਮਾਂ ਆ ਗਿਆ। ਭਾਈ ਫੌਜਾ ਸਿੰਘ ਜੀ ਆਪਣੇ ਖਾਸ ਪ੍ਰੇਮੀਆਂ ਨਾਲ ਆਪਣੀ ਸ਼ਹੀਦੀ ਦਾ ਜ਼ਿਕਰ ਅਕਸਰ ਕਰਦੇ। ਇੱਕ ਵਾਰ ਪਿਤਾ ਜੀ ਨੂੰ ਕਹਿੰਦੇ, ਬਾਈ ਜੀ ਤੁਸੀਂ ਇਕੱਲੇ ਨਾ ਚਲ ਜਾਓ। ਉਹ ਅਸਲ 'ਚ ਉਹਨਾਂ ਦਾ ਇਸ਼ਾਰਾ ਉਸ ਪਾਸੇ ਸੀ ਸ਼ਹੀਦੀ ਦਾ ਜਾਮ ਪੀਣ ਲਈ, ਅਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਕੱਲੇ ਨਾ ਚਲ ਜਾਓ। ਅਤੇ ਪਿਤਾ ਜੀ ਹਰੀ ਕਹਿਣ ਲੱਗੇ, ਫਿਕਰ ਨਾ ਕਰ, ਤੈਨੂੰ ਮੂਹਰੇ ਲਾ ਕੇ ਲੈ ਕੇ ਜਾਵਾਂਗਾ। ਫਿਰ ਜੋ ਸਭ ਤੋਂ ਪਿਆਰੇ ਸੀ ਸਾਡੇ ਬਜ਼ੁਰਗ ਭਾਈ ਅਵਤਾਰ ਸਿੰਘ ਜੀ ਖੁੱਡਾ ਕੁਰਾਲੇ ਵਾਲੇ, ਉਹ ਬਜ਼ੁਰਗਾਂ ਨੇ ਉਸੇ ਵੇਲੇ ਅੰਦਰ ਉਹਨਾਂ ਦੀ ਫੌਜ ਦੇ ਵਿੱਚ ਜੋ ਨਿਰੰਕਾਰੀਆਂ ਨੇ ਫੌਜ ਬਣਾਈ ਹੋਈ ਸੀ, ਉਹਨਾਂ ਦੀ ਫੌਜ ਦੇ ਵਿੱਚ ਉਹ ਖੂੰਡਾ ਆਪਣਾ ਜੋ ਹਮੇਸ਼ਾ ਨਾਲ ਰੱਖਦੇ ਸੀ, ਉਸ ਖੂੰਡੇ ਦੇ ਨਾਲ ਉਹ ਅੰਦਰ ਵੜ ਗਏ। ਉੱਥੇ ਜਾ ਕੇ ਜਿੰਨਾ ਕੁ ਉਹਨਾਂ ਕੋਲ ਦਮ ਸੀ, ਜਿੰਨਾ ਕੁ ਉਹਨਾਂ ਕੋਲ ਤਾਕਤ ਸੀ, ਉਸ ਤਾਕਤ ਦੇ ਨਾਲ ਉਹਨਾਂ ਨੇ ਅੰਦਰ ਆਪਣੇ ਖੂੰਡੇ ਨਾਲ ਖੂੰਡਾ ਚਲਾਇਆ। ਔਰ ਕਿਉਂਕਿ ਉਹ ਇਕੱਲੇ ਸੀ ਅਤੇ ਉਹ ਫੌਜ ਸੀ, ਇਸ ਕਰਕੇ ਉਹਨਾਂ ਨੇ ਸਾਰਿਆਂ ਨਾਲ ਘੇਰ ਕੇ ਬਾਪੂ ਜੀ ਨੂੰ ਚਾਰੇ ਪਾਸਿਓਂ ਡਾਂਗਾਂ ਮਾਰਨੀਆਂ ਸ਼ੁਰੂ ਕਰਤੀਆਂ। ਬਾਪੂ ਜੀ ਦੀ ਡਾਂਗ ਜਿਹੜੀ ਸੀ ਉਹ ਖੂੰਡਾ ਜਿਹੜਾ ਡਿੱਗ ਪਿਆ। ਫਿਰ ਬਾਬਾ ਜੀ ਨੇ ਆਖਿਆ ਵੀ ਹੁਣ ਕੁਛ ਨਹੀਂ ਰਹਿ ਗਿਆ। ਫਿਰ ਬਾਬਾ ਜੀ ਉਸੇ ਤਰ੍ਹਾਂ ਥੱਲੇ ਚੌਂਕੜੀ ਮਾਰ ਕੇ ਬੈਠ ਕੇ ਔਰ ਉਹ ਦੋਖੀਆਂ ਨੇ ਡਾਂਗਾਂ ਮਾਰ ਮਾਰ ਕੇ ਬਾਪੂ ਜੀ ਨੂੰ ਉੱਥੇ ਸ਼ਹੀਦ ਕਰਤਾ। ਇਸ ਤਰ੍ਹਾਂ ਹੌਲੀ ਹੌਲੀ ਜਿਤਨੇ ਸਿੰਘ ਸੀ ਜਿਹੜੇ ਵੀ ਭਾਈ ਫੌਜਾ ਸਿੰਘ ਉਹਦੇ ਨਾਲ ਖੜ੍ਹੇ ਸੀ, ਉਹ ਸਾਰੇ ਦੇ ਸਾਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸੀ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਫੌਜਾ ਸਿੰਘ ਅਜੇ ਤਾਂ ਜਿਉਂਦਾ ਸੀ, ਭੈਣ ਬਲੀ ਵੀ ਗਈ ਹੋਈ ਸੀ, ਹਰਸ਼ਰਨ ਕੌਰ ਹਲੇ ਰੋਵੇ ਨਾਲੇ ਬੜੀ ਔਖੀ। ਡਾਕਟਰ ਨੂੰ ਕਹੇ ਤੁਸੀਂ ਤਾਂ ਇਲਾਜ ਕਰੋ, ਅਜੇ ਜਿਉਂਦਾ ਹੈ, ਸ਼ਾਇਦ ਖੂਨ ਚੜ੍ਹਾ ਦਿਓ, ਬਚ ਜਾਏਗਾ। ਡਾਕਟਰ ਕਹਿੰਦੇ ਅਸੀਂ ਇਹਦੇ ਵੱਲ ਹੋਈ ਅਤੇ ਬਾਕੀ ਜਿਹੜੇ ਬੰਦੇ ਨੇ ਉਹ ਕੀ ਕਰੀਏ। ਉਹ ਕੁਛ ਨਹੀਂ ਕੀਤਾ ਉਹਨਾਂ ਨੇ, ਭਾਈ ਫੌਜਾ ਸਿੰਘ ਡਾਈਟ। ਤੇਰੀ ਅਮਰ ਸਿੱਖੀ ਨੂੰ ਸਤਿਗੁਰੂ ਮਨ ਬਚ ਕਰਮ ਦੇ ਨਾਲ ਨਿਭਾ ਦਿਆਂਗੇ, ਤਨ ਤਾਮ ਜਵਾਨੀ ਜਾਇਦਾਦ ਸਭ ਕੁਛ ਲੇਖੇ ਪੰਥ ਦੇ ਅਸੀਂ ਲਗਾ ਦਿਆਂਗੇ। ਉਸ ਦਿਨ ਦੇ ਸਾਰੇ ਮਤਲਬ ਕਿ ਮੇਰੇ ਪੇਰੈਂਟਸ ਸਾਰੇ ਅੰਮ੍ਰਿਤਸਰ ਚ ਬਹੁਤ ਜਣੇ ਨੇ, ਤਕਰੀਬਨ 25-30 ਜਣੇ ਮੇਰੇ ਕੋਲ ਉੱਥੇ ਜੀਤ ਨਗਰ ਪਹੁੰਚ ਗਏ ਜਿੱਥੇ ਬੈਠੀ ਸੀ ਲੱਗੇ ਰਹਿਣ। ਮੈਂ ਸਾਰਿਆਂ ਨੂੰ ਚੁੱਪ ਕਰਾਇਆ, ਮੈਂ ਉਹ ਚੁੱਪ ਕਰ ਦਿਓ ਤੁਸੀਂ ਬਈ, ਹੁਣ ਉਹਨਾਂ ਨੇ ਕਿਹਾ ਸੀ ਵੀ ਨਾ ਰੋਣਾ ਤੇ ਨਾ ਰੋਂਦੇ। ਬਾਲ ਵਿਵਸਥਾ ਤੋਂ ਦੇਹ ਸੰਭਾਲ ਰੱਖੀ, ਹੁਣ ਤਾਂ ਲੋੜ ਹੈ ਕੋਲ ਘੁਮਾ ਦਿਆਂਗੇ, ਤੇਰੀ ਬਾਣੀ ਨੂੰ ਹਿਰਦੇ ਨਿਵਾਸ ਦੇ ਕੇ ਅਵਗਣੇ ਆਪਣੇ ਸਾਰੇ ਗਵਾ ਦਿਆਂਗੇ। ਜਦ ਸਾਰੇ ਘਰ 'ਚ ਮੈਨੂੰ ਕੋਈ ਡਰ ਨਹੀਂ ਲੱਗਦਾ, ਕੁਛ ਨਹੀਂ, ਇਕੱਲੀ ਘਰ ਹੁੰਦੀ ਹੈ ਕਈ ਵਾਰੀ ਡਰ ਦਾ ਘਰ ਆ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਜਿੱਦਾਂ ਗੇਟ 'ਚ ਖੜ੍ਹੇ ਆ ਸਿਰ ਅਤੇ ਭਾਈ ਫੌਜਾ ਸਿੰਘ ਜੀ ਖੜ੍ਹੇ ਆ, ਦੇਖ ਕੇ ਹੱਸਦੇ ਪਏ ਆ, ਖੁਸ਼ ਹੁੰਦੇ ਆ। ਮੈਂ ਹੁਣ ਤੁਹਾਨੂੰ ਆਪਣੀ ਸਵੇਰੇ ਮੈਂ ਜਾ ਕੇ ਪਹਿਲਾਂ ਗੇਟ ਖੋਲ੍ਹ ਕੇ ਮੈਂ ਫਤਿਹ ਬੁਲਾਉਂਦੀ ਹਾਂ। ਜੇ ਤੂੰ ਮਿਹਰ ਰੱਖੀ ਮਿਹਰਬਾਨ ਮੇਰੇ, ਬੰਦੋ ਬੰਦ ਵੀ ਅਸੀਂ ਕਟਾ ਦਿਆਂਗੇ, ਤੇਰਾ ਨਾਮ ਨਿਦਾਨੀ ਸੋਹਣਾ ਨਿਸ਼ਾਨ ਸਾਹਿਬ ਦਸੋ ਦਿਸ਼ਾ ਵਿੱਚ ਅਸੀਂ ਚੁਲਾ ਦਿਆਂਗੇ। ਸ਼ਹੀਦੀਆਂ ਤੋਂ ਬਾਅਦ ਇੱਕ ਸਾਲ ਮੇਰੀ ਇਸ ਤਰ੍ਹਾਂ ਟੈਨਸ਼ਨ ਹੁੰਦੀ ਸੀ, ਖੜਕਾਉਣਾ ਮੈਂ ਇੱਕਦਮ ਡਰਨਾ, ਫਿਰ ਮਨ ਨੇ ਕਹਿਣਾ ਵੀ ਜੋ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਵਾਪਰ ਗਿਆ, ਮੇਰਾ ਮਤਲਬ ਜੋ ਕੁਛ ਵਾਪਰਦਾ ਸੀ ਵਾਪਰ। ਬੁੱਝ ਰਹੀ ਜੋਤ ਜੋ ਅਸਾਂ ਨੂੰ ਜਾਪਦੀ ਹੈ, ਖੂਨ ਆਪਣੇ ਨਾਲ ਜਗਾ ਦਿਆਂਗੇ, ਮਨ ਕੀ ਮਤ ਨੂੰ ਮੇਟ ਕੇ ਮੇਰੇ ਦਾਤਾ ਤੇਰੀ ਜੋਤ ਵਿੱਚ ਜੋਤ ਮਿਲਾ ਦਿਆਂਗੇ। ਚੋਲਾ ਵਿਸਾਖੀ ਤੇ ਸਵਾਲਿਆ, ਵਿਸਾਖੀ ਤੇ ਮੈਂ ਕਿਹਾ ਚੋਲਾ ਪਾਓਗੇ,
ਅਤੇ ਕੁ ਸਿੰਘ ਆਇਆ ਮੈਂ ਟੰਗਿਆ ਸੀ ਇੰਝ ਕਰਕੇ ਜਿੱਥੇ ਅਸੀਂ ਰਹਿੰਦੇ ਸੀ ਉਹ ਕਹਿੰਦਾ ਵੀ ਬਹੁਤ ਸੋਹਣਾ ਚੋਲਾ ਅਤੇ ਉਹਨੂੰ ਕਹਿੰਦੇ ਤੂੰ ਪਾ ਜਾ ਅਤੇ ਉਹ ਕਾਲਾ ਜਿਹਾ ਸੁੱਟ ਗਿਆ ਅਤੇ ਇਹਨਾਂ ਦਾ ਪਾ ਕੇ ਨਿਕਲ ਗਿਆ। ਮੈਂ ਕਿਹਾ ਹੁਣ ਮੈਂ ਤੁਹਾਨੂੰ ਕੋਈ ਚੋਲਾ ਨਹੀਂ ਸਵਾ ਕੇ ਦੇਵਾਂ, ਤੁਸੀਂ ਫਟਿਆ ਪਾਈ ਫਿਰੋ। ਚਲੋ ਉਹਦੇ 'ਚ ਸ਼ਹੀਦ ਹੋ ਗਏ। ਫਿਰ ਉਹਨਾਂ ਨੇ ਮੈਨੂੰ ਆਪਣਾ ਫਟਿਆ ਚੋਲਾ ਦਿਖਾਇਆ। ਮਤਲਬ ਉਹ ਸਪੈਸ਼ਲ ਦਿਖਾਉਣ ਆਏ ਮੈਨੂੰ ਵੀ ਮੈਂ ਲਾਗੇ ਵੀ ਹਾਂ ਅਤੇ ਚੋਲਾ ਵੀ ਫਟਿਆ ਪਾਇਆ, ਤੁਸੀਂ ਕਿਹਾ ਫਟਿਆ ਪਾਈ ਫਿਰੋ, ਕਿਸੇ ਫਟਿਆ ਹੀ ਪਾਇਆ। ਤੁਰੋ ਤੁਰੰਦਰੀ ਅਵਤਰੀ ਰੀਤ ਸੁੰਦਰ, ਰਾਹੂ ਕੇਤੂ ਨੂੰ ਰੋਕ ਚਮਕਾ ਦਿਆਂਗੇ, ਮਿਟ ਰਹੇ ਨਿਸ਼ਾਨ ਜੋ ਧਰਮ ਵਾਲੇ, ਲੁਕ ਛੁਪ ਕੇ ਅਸੀਂ ਪ੍ਰਗਟਾ ਦਿਆਂਗੇ। ਕਹਿੰਦੇ ਹੁੰਦੇ ਸੀ ਵੀ ਇੱਥੇ ਮੇਰੀ ਐਤਕੀ ਨੌਵੀਂ ਸ਼ਹੀਦੀ ਹੋਣੀ, ਲੋਕ ਜਿੱਥੋਂ ਹੁਣ ਸ਼ਹੀਦ ਹੋਏ। ਪਰ ਮੈਂ ਕਹਿੰਦੀ ਸੀ ਵੀ ਇੱਥੇ ਕਦੇ ਲੜਾਈ ਨਹੀਂ ਹੋਈ। ਮੈਂ ਬਾਅਦ 'ਚ ਸੋਚਦੀ ਵੀ ਇੱਕ ਹੀ ਕਹੀ ਜਾਂਦੇ ਵੀ ਮੇਰੀ ਸ਼ਹੀਦੀ ਇੱਥੇ ਹੋਣੀ ਹੈ। ਮੈਂ ਫਿਰ ਬਾਅਦ 'ਚ ਟੀ ਵੀ 'ਚ ਤਕਰੀਬਨ ਦਾ ਇਤਿਹਾਸ ਸੁਣਿਆ ਹੁਣ, ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਕਾਫੀ ਲੜਾਈਆਂ, ਮਤਲਬ ਜਿੱਥੇ ਹੁਣ ਸ਼ਹੀਦ ਹੋਏ ਨੇ ਨਾ। ਮਿਹਰ ਤੇਰੀ ਨਾਲ ਖਾਲਸਾ ਬੋਲਦਾ ਏ, ਆਵਾਜ਼ ਅੰਦਰਲੀ ਬਾਹਰ ਸੁਣਾ ਦਿਆਂਗੇ, ਅੰਮ੍ਰਿਤ ਰੂਪ ਸਿੱਖੀ ਹੈ ਅਮਰ ਕਰਦੀ, ਕੇਸਾਂ ਸੁਆਸਾਂ ਦੇ ਨਾਲ ਨਿਭਾ ਦਿਆਂਗੇ। ਜਬ ਆਵ ਕੀ ਔਦ ਨਿਦਾਨ ਬਣਸੀ, ਸੀਸ ਤੇਰਾ ਹੈ ਤੈਨੂੰ ਚੜਾ ਦਿਆਂਗੇ, ਸੀਸ ਤੇਰਾ ਹੈ ਤੈਨੂੰ ਚੜਾ ਦਿਆਂਗੇ। ਸਤਿਗੁਰ ਤੇਰੀ ਅਮਰ ਸਿੱਖੀ ਨੂੰ ਸਤ
ਸਤਿਗੁਰ ਮਨ ਬਚ ਕਮ ਦੇ ਨਾਲ ਨਿਭਾ ਦਿਆਂਗੇ ਇਹੀ ਅਮਰ ਸਿੱਖੀ ਨੂੰ ਸਤਿਗੁਰ ਮਨ ਬਚ ਕਮ ਦੇ ਨਾਲ ਨਿਭਾ ਦਿਆਂਗੇ ਇਹੀ ਅਮਰ ਸਿੱਖੀ ਨੂੰ ਸਤਿਗੁਰ ਮਨ ਬਚ ਕਮ ਦੇ